ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵੀਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਲੈ ਕੇ ਹਾਜ਼ਰ ਹੈ ਤੁਹਾਡਾ ਹਰਮਨ ਪੈਰਾ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਦਾ ਮੁੱਦਾ ਜਿਹੜਾ ਇਹ ਮੰਚ ਹੈ ਇਹ ਪ੍ਰੋਗਰਾਮ ਅੱਜ ਅਸੀਂ ਸਟੂਡੀਓ ਦੇ ਵਿੱਚ ਨਹੀਂ ਜ਼ਮੀਨੀ ਪੱਧਰ ਤੇ ਇਨਨ ਐਪਲਸ ਪਹੁੰਚੇ ਹੋਏ ਹਾਂ ਔਰ ਇਸ ਐਕਸਕਲੂਸਿਵ ਅੱਜ ਦੇ ਮੁੱਦੇ ਨੂੰ ਤੁਹਾਡੇ ਸਾਹਮਣੇ ਲਿਆਉਣ ਦਾ ਅੱਜ ਸਾਡਾ ਇੱਕ ਖਾਸ ਮਕਸਦ ਹੈ। ਅਸੀਂ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਟਰੈਵਲ ਕਰਦੇ ਹਾਂ ਔਰ ਜਸਟ ਬ੍ਰਾਡਕਾਸਟਿੰਗ ਦਾ ਹਮੇਸ਼ਾ ਟੀਚਾ ਰਿਹਾ ਹੈ ਕਿ ਉਹਨਾਂ ਵੱਖ-ਵੱਖ ਸਟੇਟਾਂ ਦੇ ਵਿੱਚ ਵਸਦੇ ਵਸਨੀਕਾਂ ਨੂੰ ਅੱਗੇ ਲਿਆਇਆ ਜਾਵੇ ਕਿਵੇਂ ਆਪਣੇ ਆਪ ਨੂੰ ਬਿਲਡ ਕਰ ਸਕਦੇ ਹਨ ਕਿਵੇਂ ਆਪਣੇ ਬਿਜ਼ਨਸ ਨੂੰ ਸਟਰੋਂਗ ਕਰ ਸਕਦੇ ਹਨ ਔਰ ਕਿਵੇਂ ਉਹ ਆਪਣੇ ਆਪ ਨੂੰ ਕਮਿਊਨਿਟੀ ਦਾ ਹਿੱਸਾ ਬਣਾ ਸਕਦੇ ਹਨ ਅੱਜ ਮੈਂ ਅਮਰੀਕਾ ਦੇ ਦਿਲ ਦੇ ਵਿੱਚ ਖੜਿਆ ਹਾਂ ਕਹਿੰਦਾ ਭਾਵਾ ਹੈ ਕਿ ਮੈਂ ਅਮਰੀਕਾ ਦੇ ਸੈਂਟਰ ਦੇ ਵਿੱਚ ਖੜਿਆ ਜਿਹਦਾ ਨਾਂ ਹੈ ਇੰਡੀਅਨ ਐਪਲਸ ਇਸ ਸਟੇਟ ਨੇ ਕਿਵੇਂ ਤਰੱਕੀ ਕੀਤੀ ਇਸ ਸਟੇਟ ਦੇ ਵਿੱਚ ਵਸਦੇ ਵਸਨੀਕ ਇਸ ਸਟੇਟ ਦੇ ਵਿੱਚ ਵਸਦੇ ਕਾਰੋਬਾਰੀ ਉਦਯੋਗਪਤੀ ਵਪਾਰੀ ਕਿਵੇਂ ਆਪਣੇ ਆਪ ਨੂੰ ਅੱਗੇ ਲੈ ਕੇ ਗਏ ਕਿਵੇਂ ਉਹਨਾਂ ਨੇ ਆਪਣੀ ਹੋਂਦ ਨੂੰ ਸਾਮ੍ਹ ਕੇ ਰੱਖਿਆ ਕੀ ਹਨ ਉਹਨਾਂ ਦੇ ਮਸਲੇ ਕੀ ਹੈ ਉਹਨਾਂ ਦਾ ਮੁੱਦਾ ਕਰਾਂਗੇ ਅੱਜ ਅੱਜ ਦਾ ਮੁੱਦਾ ਔਰ ਇਸ ਮੁੱਦੇ ਦੇ ਵਿੱਚ ਅੱਜ ਮੈਂ ਤੁਹਾਨੂੰ ਤਾਰੂਫ ਕਰਾਉਂਗਾ ਕਈ ਅਜਹੀਆਂ ਸ਼ਖਿਤਾ ਨਾਲ ਜੋ ਕਿ ਇਸ ਇੰਡੀਅਨ ਐਪਲਸ ਸਟੇਟ ਦੇ ਵਿੱਚ ਉਹਨਾਂ ਨੇ ਆਪਣੇ ਬਿਜ਼ਨਸ ਨੂੰ ਤਾਂ ਡਵੈਲਪ ਕੀਤਾ ਹੈ ਆਪਣੇ ਆਪ ਨੂੰ ਅੱਗੇ ਲਾਂ ਲੈ ਕੇ ਗਏ ਹਨ ਲੇਕਿਨ ਕੀ ਸਟਰਗਲ ਉਹਨਾਂ ਨੂੰ ਵਿਖਣੀ ਪਈ ਕਿਵੇਂ ਇਹ ਸਟੇਟ ਹੋਰ ਦਿਨ ਬਰ ਦਿਨ ਡਵੈਲਪਡ ਹੁੰਦੀ ਜਾ ਰਹੀ ਹੈ ਵਕ ਵਕ ਆਈਟੀ ਕੰਪਨੀਆਂ ਵਕ ਵਕ ਕਾਰਪੋਰੇਟ ਜਗਤ ਇਸ ਸਟੇਟ ਦੇ ਵਿੱਚ ਕਿਉਂ ਮੂਵ ਹੋ ਰਹੇ ਹਨ ਕੀ ਹੈ ਕਾਸਟ ਸਟੇਟ ਦੇ ਵਿੱਚ ਅੱਜ ਜਸ ਪੰਜਾਬੀ ਐਂਡ ਆ ਸਾਦੇ ਸਵਾਲਾਂ ਦਾ ਲੋਵੇਗਾ ਜਵਾਬ ਮੇਰੇ ਨਾਲ ਇਸ ਸਟੇਟ ਦੇ ਵਿੱਚ ਵਸਦੇ ਉਹ ਕਰੀਮ ਕਰਾਊਡ ਕਹ ਲਈਏ ਉਹ ਉਦਯੋਗਪਤੀ ਕਹ ਲਈਏ ਉਹ ਵਪਾਰੀ ਕਹ ਲਈਏ ਅੱਜ ਮੌਜੂਦ ਹਨ ਕਰਾਣਾ ਮੈਂ ਉਹਨਾਂ ਨਾਲ ਤੁਹਾਨੂੰ ਤਾਰਿਫ ਤਾਂ ਸਭ ਤੋਂ ਪਹਿਲਾਂ ਤੇਜੀ ਥੈਂਕ ਯੂ ਵੈਰੀ ਮੱਚ एवरीवन ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਟ ਕੇ ਇੱਥੇ ਆਏ ਔਰ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਰੱਖੋਗੇ ਮੈਂ ਜਰੂਰ ਤੁਹਾਨੂੰ ਤਾਰੂਫ ਕਰਾਉਣਾ ਚਾਹਨਾ ਸਾਡੇ ਸਾਰੇ ਈ ਵਿਊਅਰਸ ਨੂੰ ਸੰਜੀਵ ਚੰਦਰ ਜੀ ਮੇਰੇ ਨਾਲ ਮੌਜੂਦ ਹਨ ਜਿਨ੍ਹਾਂ ਦਾ ਆਪ ਦਾ ਗੈਸ ਸਟੇਸ਼ਨ ਹੈ ਉਹ ਇੱਥੇ ਪਹੁੰਚੇ ਹਨ ਕੁਲਪ੍ਰੀਤ ਸਿੰਘ ਜੀ ਇੱਥੇ ਪਹੁੰਚੇ ਹਨ ਉਹਨਾਂ ਦਾ ਆਪ ਦਾ ਗੈਸ ਸਟੇਸ਼ਨ ਹੈ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਗੁਰਪ੍ਰੀਤ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਹਨ ਉਹਨਾਂ ਦਾ ਵੀ ਗੈਸ ਸਟੇਸ਼ਨ ਹੈ ਮੇਜਰ ਗਰੇਵਾਲ ਜੀ ਆਟੋਮੋਟਿਵਸ ਇੰਡਸਟਰੀ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਹੈ ਸਟੇਟ ਦੇ ਵਿੱਚ ਉਹ ਵੀ ਇੱਥੇ ਮੌਜੂਦ ਹਨ ਸਰਪਜੀਤ ਸਿੰਘ ਜੀ ਇੱਥੇ ਮੌਜੂਦ ਹਨ ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਆ ਸੰਦੀਪ ਸਿੰਘ ਜੀ ਇੱਥੇ ਮੌਜੂਦ ਹਨ ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਆ ਗੌਰਵ ਭਤੀਰਾ ਜੀ ਇੱਥੇ ਮੌਜੂਦ ਹਨ ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਆ ਗੌਰਵ ਜੀ ਦਾ ਆਪ ਦਾ ਹੋਟਲ ਦਾ ਬਿਜ਼ਨਸ ਹੈਗਾ ਔਰ ਸੰਦੀਪ ਸਿੰਘ ਉਹਨਾਂ ਦੀ ਆਪ ਦੀ ਕੰਸਟਰਕਸ਼ਨ ਕੰਪਨੀ ਹੈਗੀ ਔਰ ਇਨ ਐਨ ਐਪਲਸ ਦੇ ਵਿੱਚ ਵੱਡੀ ਵੱਡੀ ਕਮਰਸ਼ੀਅਲ ਬਿਲਡਿੰਗਸ ਅਗਰ ਤੁਸੀਂ ਵੇਖਦੇ ਹੋ ਰੈ residențial ਜਿਹੜੀ ਪ੍ਰਾਪਰਟੀਆਂ ਹੈਗੀਆਂ ਜਾਂ ਫਿਰ ਹੋਟੈਲਸ ਨੇ ਰੈਸਟੋਰੈਂਟਸ ਨੇ ਉਹਨਾਂ ਨੂੰ ਇਹਨਾਂ ਨੇ ਬਿਲਡ ਕੀਤਾ ਹੈ ਤੇ ਉਹਨਾਂ ਤੋਂ ਵੀ ਆਪਾਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਐਕਸਪੀਰੀਅੰਸ ਸਟੇਟ ਦੇ ਵਿੱਚ ਕਿਵੇਂ ਰਿਹਾ ਰਣਦੀਪ ਸਿੰਘ ਚੰਨਾ ਜੀ ਸਾਡੇ ਨਾਲ ਮੌਜੂਦ ਹਨ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਬਲਵਿੰਦਰ ਸਿੰਘ ਖੱਕ ਜੀ ਸਾਡੇ ਨਾਲ ਮੌਜੂਦ ਹਨ ਸੀਨੀਅਰ ਇਸ ਪੂਰੇ ਪੈਨਲਿਸਟ ਪੈਨਲ ਦੇ ਵਿੱਚ ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਸਾਡੇ ਨਾਲ ਜਸਵੀਰ ਸਿੰਘ ਡਿਪਟੀ ਮੌਜੂਦ ਹਨ ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਸਾਡੇ ਨਾਲ ਗੁਰਪ੍ਰੀਤ ਸਿੰਘ ਸੱਲਾ ਜੀ ਮੌਜੂਦ ਹਨ ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਆ ਮਨਜੀਤ ਨਾਗਰਾ ਜੀ ਮੌਜੂਦ ਹਨ ਉਹਨਾਂ ਦਾ ਅਸੀਂ ਜੀ ਆਇਆਂ ਨੂੰ ਕਰਦੇ ਆ بزਨਸ ਕੰਸਲਟੈਂਟ ਹਨ ਔਰ ਵਕ ਵਕ ਇਸ ਸਟੇਟ ਦੇ ਵਿੱਚ ਵਸਦੇ ਵਪਾਰੀਆਂ ਨੂੰ ਉਹਨਾਂ ਨੇ ਕਈ ਆਪਣੀ ਵਿਚਾਰਧਾਰਾ ਦੇ ਨਾਲ ਉਸ ਉਹਨਾਂ بزਨਸ ਨੂੰ ਅੱਗੇ ਲੈ ਕੇ ਗਏ ਹਨ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆ ਸਾਡੇ ਨਾਲ ਲਖਵੀਰ ਜੋਹਲ ਜੀ ਮੌਜੂਦ ਹਨ ਅੱਜ ਇੰਡੀਆ ਪੈਲੈਸ ਦੇ ਵਿੱਚ ਇੱਕ ਪ੍ਰੋਗਰਾਮ ਮੁਦਦੇ ਪ੍ਰੋਗਰਾਮ ਨੂੰ ਅੱਜ ਅਸੀਂ ਰੱਖਿਆ ਅਸੀਂ ਲਖਵੀਰ ਜੋਹਲ ਜੀ ਦਾ ਧੰਨਵਾਦ ਕਰਦੇ ਆ ਬਹੁਤ ਉਹਨਾਂ ਦਾ ਅਹਿਮ ਯੋਗਦਾਨ ਹੈਗਾ ਕਮਿਊਨਿਟੀ ਦੇ ਵਿੱਚ ਸੱਭਿਆਚਾਰ ਨੂੰ ਸਾਂਭਣ ਦੇ ਲਈ ਔਰ ਕਈ ਅਜਿਹੇ ਮੇਲੇ ਇਹਨਾਂ ਦੀ ਇਸ ਧਰਤੀ ਤੋਂ ਉਹਨਾਂ ਨੇ ਕੀਤੇ ਔਰ ਇੰਟਰਨੈਸ਼ਨਲ ਪੱਧਰ ਤੇ ਇਹਨਾਂ ਨੇ ਕਲਚਰ ਨੂੰ ਔਰ ਟ੍ਰੈਡੀਸ਼ਨ ਨੂੰ ਜੋੜਨ ਦੇ ਲਈ ਐਮ ਭੂਮਿਕਾ ਨਿਭਾਈ ਉਹਨਾਂ ਦਾ ਵੀ ਅਸੀਂ ਜੀਐਨ ਨੂੰ ਕਰਦੇ ਆ ਅਮਰਿੰਦਰਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਹਨ ਉਹਨਾਂ ਦਾ ਗੈਸ ਸਟੇਸ਼ਨ ਆ ਉਹਨਾਂ ਦਾ ਵੀ ਅਸੀਂ ਜੀਐਨ ਨੂੰ ਕਰਦੇ ਆ ਜਸਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਹਨ ਉਹਨਾਂ ਦਾ ਵੀ ਅਸੀਂ ਜੀਐਨ ਨੂੰ ਕਰਦੇ ਆ ਜਸਬੀਰ ਸਿੰਘ ਲਾਲੀ ਸਭ ਤੋਂ 올ਡੈਸਟ ਫੈਮਿਲੀ ਹੈਗੀ ਆ ਜੀ ਇਹਨਾਂ ਦੀ Indian Applus ਦੇ ਵਿੱਚ ਉਹਨਾਂ ਦਾ ਵੀ ਅਸੀਂ ਜਿਹਾ ਇਹਨੂੰ ਕਰਦੇ ਆਂ ਪ੍ਰਤਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਹਨ ਉਹਨਾਂ ਦਾ ਵੀ ਅਸੀਂ ਜਿਹਾ ਇਹਨੂੰ ਕਰਦੇ ਆਂ ਤੇ ਨਾਲ ਮੈਂ ਹੁਣ ਤੁਹਾਨੂੰ ਇਹਨਾਂ ਸਾਰੀ ਸ਼ਕਸ਼ੀਤਾਂ ਦੇ ਵਿੱਚ ਇੱਕ ਹੋਰ ਸ਼ਕਸ਼ੀਤ ਸਾਡੇ ਨਾਲ ਅੱਜ ਮੁਖਾਤਬ ਹੈ ਉਹਦੇ ਨਾਲ ਵੀ ਮੈਂ ਤੁਹਾਨੂੰ ਤਾਰੂਫ ਕਰਾਉਣਾ ਚਾਹਨਾ ਸਾਨੂੰ ਕਾਰੋਬਾਰੀਆਂ ਸਾਨੂੰ ਕਾਰੋਬਾਰ ਦੀ ਤਾਂ ਲੋੜ ਹੈਗੀ ਐ ਕਾਰੋਬਾਰੀ ਕਾਰੋਬਾਰ ਨੂੰ ਕਰ ਵੀ ਰਹੇ ਹਨ ਵਪਾਰ ਵੀ ਕਰ ਰਹੇ ਹਨ ਲੇਕਿਨ ਇੱਕ ਅਹਿਮ ਗੱਲ ਔਰ ਇੱਕ ਅਹਿਮ ਦਾਇਰਾ ਹੁੰਦਾ ਹੈ ਜਿਹਦੇ ਨਾਲ ਸਾਨੂੰ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ ਉਹਦੇ ਬਿਨਾ ਕੋਈ ਵੀ ਵਪਾਰ ਨਹੀਂ ਚੱਲ ਸਕਦਾ ਜੀ ਹਾਂ ਉਹ ਹੁੰਦਾ ਹੈ ਬੀਮਾ ਜਿਹਨੂੰ ਆਪਾਂ ਕਹਿੰਦੇ ਆ ਇੰਸ਼ੋਰੈਂਸ ਰੰਦੀਪ ਸਿੰਘ ਚਾਵਲਾ ਉਹ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਆ ਜਿਨ੍ਹਾਂ ਨੇ ਅੱਜ ਅਹਿਮ ਕੀਮਤੀ ਸਮਾਂ ਆਪਣਾ ਕੱਟ ਕੇ ਆਪਣੇ ਸਾਰੇ ਮਹਿਮਾਨਾਂ ਨੂੰ ਆਪਣੇ ਸਾਰੇ ਦੋਸਤਾਂ ਨੂੰ ਇੱਥੇ ਸੱਦਿਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਜਸਬੀਰ ਸਿੰਘ ਲਾਲੀ ਜੀ ਦੇ ਨਾਲ ਕਿ ਉਹਨਾਂ ਦਾ ਐਕਸਪੀਰੀਅੰਸ ਇਸ ਧਰਤੀ ਦੇ ਉੱਤੇ ਕਿਵੇਂ ਰਿਹਾ ਔਰ ਇੰਡੀਅਨ ਇਸ ਸਟੇਟ ਦੇ ਵਿੱਚ ਇਨ ਐਪਲਸ ਦੇ ਵਿੱਚ ਕਿਸ ਤਰੀਕੇ ਨਾਲ ਅੱਗੇ ਇਹਨੂੰ ਲਿਜਾਉਣ ਦੀ ਲੋੜ ਹੈ ਔਰ ਕਿਵੇਂ ਪ੍ਰੋਗਰੈਸਿਵ ਹੋ ਰਹੀ ਹੈ ਸਟੇਟ ਆਈ ਊਡ ਲਾਈਕ ਟੂ ਸਟਾਰਟ ਵਿਦ ਜਸਬੀਰ ਸਿੰਘ ਲਾਲੀ ਜੀ ਤੁਹਾਡਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਸ ਪੰਜਾਬੀ ਦੇ ਸਮੂਹ ਜਗਤ ਵਿੱਚ ਬੈਠੇ ਸਰੋਤਿਆਂ ਨੂੰ ਜਸਬੀਰ ਲਾਲੀ ਬਰੋਂ ਸਤਿ ਸ੍ਰੀ ਅਕਾਲ ਹਾਂਜੀ ਫਰਕੀਰਤ ਜੀ ਮੈਂ ਆਪਣੇ ਬਾਰੇ ਥੋੜਾ ਜਿਹਾ ਪਹਿਲਾਂ ਦੱਸਾਂ ਕਿ ਅਗਸਤ 1979 ਵਿੱਚ ਮੈਂ ਇੰਡੀਆਨਾਪੋਲਿਸ ਪਹਿਲੀ ਮੇਰੀ ਐਂਟਰੀ ਇੱਥੇ ਹੋਈ ਸੀ ਤੇ ਇੱਥੋਂ ਹੀ ਸ਼ੁਰੂਆਤ ਹੋਈ ਪਰਿਵਾਰ ਦੀ ਤੇ ਜਿਸ ਤਰ੍ਹਾਂ ਆਪ ਜੀ ਪਹਿਲਾਂ ਦੱਸਿਆ ਕਿ ਸਟਰਗਲ ਵੀ ਕਾਫੀ ਰਾਸਤੇ ਵਿੱਚ ਬੰਪ ਕਾਫੀ ਆਉਂਦੇ ਰਹੇ ਪਰ ਸਭ ਤੋਂ ਵੱਡਾ ਮੇਰੇ ਖਿਆਲ ਵਿੱਚ ਪਹਿਲਾਂ ਜੋ ਆਪਣੇ ਹਰਡਲ ਬੰਪ ਆਇਆ ਜਾਂ ਹਰਡਲ ਕਹਿ ਲਓ ਆਇਆ ਕਿ ਜਾਂ ਆਬਸਟਿਕਲ ਕਹਿ ਲਓ ਉਹ ਆਇਆ ਕਿ ਲੈਂਗੁਏਜ ਦੀ ਪ੍ਰੋਬਲਮ ਪਹਿਲਾਂ ਕਾਫੀ ਤੇ ਮੇਰੀ ਉਹਨਾਂ ਦੇ ਵਿੱਚ ਹੀ ਬਦਕਿਸਮਤੀ ਇਹ ਸੀ ਕਿ ਜੋ ਰੀਸੈਸ਼ਨ 79 ਦਾ ਉਦੋਂ ਸ਼ੁਰੂ ਹੋਇਆ ਸੀ ਕਿ ਤੇ ਜੌਬ ਵਗੈਰਾ ਨਹੀਂ ਸੀ ਮਿਲਦੀ ਤੇ ਉਸ ਤੋਂ ਬਾਅਦ ਕਹਿ ਲਓ ਕਿ ਕਿਸਮਤ ਚੰਗੀ ਕਿ ਇੱਕ ਜੌਬ ਮੈਨੂੰ ਆਫਰ ਆਈ ਤੇ ਬਸ ਉਸਨੇ ਹੀ ਮੇਰੀ ਲਾਈਫ ਬਦਲ ਦਿੱਤੀ ਉਹਨਾਂ ਨੇ ਹੀ ਸਕੂਲ ਜੋ ਵੀ ਪੜ੍ਹਾਈ ਸਕੂਲਿੰਗ ਕੀਤੀ ਕਾਲਜ ਭੇਜਿਆ ਉਹਨਾਂ ਦਾ ਮੈਨੂੰ ਇਹ ਕਹਿਣਾ ਸੀ ਕਿ ਕਿਸੇ ਦਿਨ ਇਹ ਕੰਪਨੀ ਤੂੰ ਰਨ ਕਰੇ ਕਰਨਾ ਚਾਹੁੰਦੇ ਅਸੀਂ ਤੈਨੂੰ ਦੇਖਣਾ ਚਾਹੁੰਦੇ ਕਿ ਤੂੰ ਇਹ ਕੰਪਨੀ ਰਨ ਕਰੇ ਤੇ ਕੁਝ ਸਾਲਾਂ ਵਿੱਚ ਹੀ ਉਹਨਾਂ ਨੇ ਮੈਨੂੰ ਇਨਚਾਰਜ ਉਹਨਾਂ ਨੇ ਕਿਹਾ ਕਿ ਹੁਣ ਇਹ ਕੰਪਨੀ ਤੂੰ ਰਨ ਕਰਨੀ ਫਿਰ ਮੈਂ 25 ਸਾਲ 1979 ਤੋਂ ਲੈ ਕੇ 2004 ਦਸੰਬਰ ਤੱਕ ਉਹ ਕੰਪਨੀ ਰਨ ਕੀਤੀ ਐਜ਼ ਅ ਪ੍ਰੋਡਕਸ਼ਨ ਮੈਨੇਜਰ ਐਜ਼ ਅ ਪਰਚੇਸਿੰਗ ਮੈਨੇਜਰ ట్రాফিক ਮੈਨੇਜਿੰਗ ਕਾਫੀ ਜੌਬਾਂ ਮੈਂ ਕੀਤੀਆਂ ਉਹਦੇ ਨਾਲ ਕੰਪਨੀ ਦੇ ਤੇ 2004 ਡਿਸੰਬਰ ਵਿੱਚ ਰਿਟਾਇਰਮੈਂਟ ਲੈ ਕੇ ਫੇਰ ਆਪਾਂ ਇਧਰ ਆਪਣੇ ਗੈਸ ਸਟੇਸ਼ਨ ਰੀਟਰ ਤੇ ਜੋ ਵੀ business ਆਪਣੇ ਫਿਰ ਉਹ ਸਟਾਰਟ ਕੀਤੇ ਤੇ ਜਿਸ ਤਰ੍ਹਾਂ ਸਾਡੇ ਲਖਵੀਰ ਜੋਲ ਸਾਹਿਬ ਇੱਥੇ ਬੈਠੇ ਆ 1993 ਵਿੱਚ ਇੰਡੀਆ ਪਾਲਸ ਇੱਕ ਛੋਟਾ ਜਿਹਾ ਰੈਸਟੋਰੈਂਟ ਸੀ ਜੋ ਉਹ ਵੀ ਸਟਾਰਟ ਕੀਤਾ ਫਿਰ ਉਸ ਤੋਂ ਹੁਣ ਦੇਖ ਲਓ ਕਿ ਕਿੰਨਾ ਵੱਡਾ ਜੋਲ ਸਾਹਿਬ ਨੇ ਤਾਂ ਹੋਰ ਵੀ ਉੱਪਰ ਲੈਵਲ ਤੇ ਪਹੁੰਚਾ ਦਿੱਤਾ ਤੇ ਜੇ ਆਪਾਂ ਸੋਚੀਏ ਕਿ ਇੰਡੀਅਨ ਪੋਪੂਲੇਸ਼ਨ ਪੰਜਾਬੀ ਪੋਪੂਲੇਸ਼ਨ ਕੁਝ 10 ਫੈਮਿਲੀ ਇੱਥੇ ਸਿਗੀਆਂ ਪਹਿਲਾਂ ਤੇ ਜ਼ਿਆਦਾ ਨਹੀਂ ਸੀ ਫਿਰ 2004 ਤੇ 5 ਵਿੱਚ ਤਕਰੀਬਨ ਜੰਪ ਹੋਇਆ ਜੋ ਵੀ 3000 ਫੈਮਲੀ ਜਾਂ ਹੁਣ ਜਿੰਨੀ ਵੀ ਹੈ ਕਾਫੀ ਫੈਮਲੀਆਂ ਇੱਥੇ ਹਨ ਤੇ ਹੋਰ ਦਿਨ ਪਰ ਦਿਨ ਪ੍ਰੋਗਰੈਸਿਵ ਹੁੰਦਾ ਜਾ ਰਿਹਾ ਹਾਂ ਜੀ ਦਿਨ ਪਰ ਦਿਨ ਫਿਰ ਹੁਣ ਗੁਰੂ ਘਰ ਵੀ 1969 ਵਿੱਚ ਇੱਕ ਰਿਕਾਰਡਡ ਜੋ ਰਿਕਾਰਡ ਕਰਵਾਇਆ ਸੀ ਹੁਣ ਤੇ ਗੁਰੂ ਘਰ ਵੀ ਕਾਫੀ ਤੇ ਕਾਫੀ ਮੈਂ ਤੇ ਕਾਫੀ 79 ਤੋਂ ਬਾਅਦ ਜਿਹੜੇ ਪਹਿਲਾਂ ਫਾਰਮ ਜਾਂ ਜੰਗਲ ਵੀ ਹੁੰਦੇ ਸੀਗੇ ਜਿਨ੍ਹਾਂ ਵਿੱਚ ਕਾਫੀ ક્રાઈમ ਵੀ ਹੁੰਦੇ ਸੀ ਉਹ ਅੱਜ ਕੱਲ ਪਲਾਜ਼ੇ ਬਣੇ ਮਾਲ ਬਣੇ ਆ ਤੇ ਜੇ ਸਟਾਉਨ ਵਿੱਚ ਮੈਂ ਰਹਿਣਾ ਵੀ ਹੈਗਾ ਬ੍ਰਾਊਂਸ ਵਰਗ ਉਹ ਵੀ ਪਹਿਲਾਂ ਤਕਰੀਬਨ 12000 ਦੀ ਪਾਪੂਲੇਸ਼ਨ ਸੀ ਹੁਣ ਉਹ ਵੀ ਤਕਰੀਬਨ 40000 ਇੱਕ ਪਹਿਲੀ ਫੈਮਿਲੀ ਇੰਡੀਅਨ ਆਪਾਂ ਪੰਜਾਬੀ ਸੀ ਉੱਥੇ ਵੀ ਤਕਰੀਬਨ 50 50 ਫੈਮਿਲੀ ਉੱਥੇ ਹੈਗੀਆਂ ਹੁਣ ਤੇ ਕਾਫੀ ਵਧੀਆ ਲੱਗਦਾ ਹੁਣ ਦੇਖ ਕੇ ਇਹ ਡਿਵੈਲਪਮੈਂਟ ਤੇ ਇੱਕ ਮੈਂ ਕੁਐਸਚਨ ਕੀਤਾ ਸੀ ਕਿ ਇਧਰ ਨੂੰ ਕਿਉਂ ਆਪਾਂ ਹੁਣ ਸੋਚੀਏ ਕਿ ਇੰਡੀਆਨਾ ਕਿਉਂ ਤੇ ਮੇਰੀ ਕੰਪਨੀ ਦਾ ਮਾਲਕ ਜੋ ਬੋਸਟਨ ਤੋਂ 79 ਵਿੱਚ ਇੱਥੇ ਇੱਕ ਪਲਾਂਟ ਖੋਲਿਆ ਸੀ ਇੱਥੋਂ 3-4 ਮੀਲ ਦਈ ਤੇ ਮੇਰਾ ਉਹਨੂੰ ਕੁਐਸਚਨ ਇਹ ਸੀਗਾ ਤੇ ਉਹ ਗੋਰਾ ਵਿਚਾਰਾ ਬਹੁਤ ਸਿਆਣਾ ਗੋਰਾ ਸੀ ਉਸਨੇ ਬੋਸਟਨ ਤੋਂ ਆ ਕੇ ਇੱਥੇ ਦੂਸਰਾ ਲੋਕੇਸ਼ਨ ਖੋਲੀ ਸੀ ਉਹਨੂੰ ਮੈਂ ਇਹ ਕਿਹਾ ਸੀ ਕਿ ਇੰਡੀਆਨਾ ਕਿਉਂ ਸ਼ਿਕਾਗੋ ਕਿਉਂ ਨਹੀਂ ਦੂਸਰੇ ਵੱਡੇ ਸ਼ਹਿਰ ਕਿਉਂ ਨਹੀਂ ਫਿਰ ਉਹਨੇ ਮੈਨੂੰ ਮੈਨੂੰ ਜਿਆਦਾ ਸਮਝ ਵੀ ਉਦੋਂ ਨਹੀਂ ਸੀ ਐਸੇ ਹੁਣ ਵੀ ਇੰਨੀ ਨਹੀਂ ਪਰ ਉਦੋਂ ਬਹੁਤ ਘੱਟ ਸੀਗੀ ਸਮਝ ਤੇ ਉਹ ਸਰਕਲ ਬਣਾ ਕੇ ਉਹਨੇ ਦੱਸਿਆ ਕਿ ਇਹ ਇੱਕ ਹੱਬ ਹੈ ਸ਼ਿਕਾਗੋ ਨਾਲ ਤੁਸੀਂ ਰੀਅਲ ਏਸਟੇਟ ਕੰਪੇਅਰ ਕਰ ਲਓ ਲੇਬਰ ਕੰਪੇਅਰ ਕਰ ਲਓ ਤੇ ਇੰਡੀਆਨਾ ਜਿਹੜਾ ਉਹ ਬਹੁਤ ਜ਼ਿਆਦਾ ਹੀ ਸਸਤਾ ਪੈਂਦਾ ਤੁਹਾਨੂੰ ਇਥੋਂ ਸ਼ਿਪਿੰਗ ਕਰਨੀ ਸਾਰੇ ਪਾਸਿਆਂ ਨੂੰ ਹੱਬ ਹੈ ਤੇ ਉਹ ਫਿਰ ਮੈਨੂੰ ਸਮਝ ਹੁਣ ਆਉਂਦੀ ਕਿ ਹਾਂ ਉਹ ਅੱਜ ਤੋਂ 40 ਸਾਲ ਪਹਿਲਾਂ ਜੋ ਉਸਨੇ ਪ੍ਰੋਜੈਕਟ ਕੀਤਾ ਸੀ ਕਿ ਇੰਡੀਆਨਾ ਕਿਸ ਤਰ੍ਹਾਂ ਦਾ ਹੋਵੇਗਾ ਉਹ ਹੁਣ ਮੈਂ ਦੇਖ ਰਿਹਾ ਇੰਡੀਆਨਾ ਤੇ ਬਾਕੀ ਜੋ ਇਥੇ ਆ ਵੀ ਰਹੇ ਆ ਉਹਨਾਂ ਨੂੰ ਵੀ ਮੇਰੀ ਇਹ ਹੀ ਬੇਨਤੀ ਆ ਕਿ ਪਹਿਲਾਂ ਆਓ ਕਿਉਂਕਿ ਬਹੁਤ ਮੈਂ ਦੇਖੇ ਕਾਫੀ ਪਰਿਵਾਰ ਪਹਿਲਾਂ ਸਿੱਧੇ ਹੀ ਉਥੋਂ ਇੱਕਦਮ ਐਕਸਾਈਟਡ ਹੋ ਕੇ ਆ ਜਾਂਦੇ ਆ ਬਾਅਦ ਵਿੱਚ ਸਾਲ ਕੁ ਬਾਅਦ ਫਿਰ ਕਹਿੰਦੇ ਅਸੀਂ ਤੇ ਚੱਲੇ ਵਾਪਸ ਹੈ ਨਾ ਮੈਂ ਤੇ ਇਹੀ ਕਹਾਂਗਾ ਸਭ ਨੂੰ ਕਿ ਤੁਸੀਂ ਪਹਿਲਾਂ ਆਓ ਵਿਜ਼ਿਟ ਕਰੋ ਇੱਕ ਦੋ ਵੀਕਾਂ ਮਹੀਨਾ ਜਿੱਦਾਂ ਵੀ ਤੁਸੀਂ ਜਿੰਨਾ ਵੀ ਟਾਈਮ ਹੋਵੇ ਆ ਕੇ ਦੇਖੋ ਸਾਰਾ ਕੁਝ ਆਪਣੇ ਅੱਖੀਂ ਦੇ ਕੇ ਕੋਈ ਵੀ ਤੁਹਾਨੂੰ ਰੀਅਲਟਰ ਮੇਰੇ ਵਰਗੇ ਇਹ ਨਾ ਕਹਿਣ ਕਿ ਇੱਥੇ ਬਹੁਤ ਪੈਸੇ ਦਰਖਤਾਂ ਲੱਗੇ ਆ ਇਦਾਂ ਦੇ ਬਹੁਤ ਜਿਆਦਾ ਹੈਗੇ ਆ ਕਾਫੀ ਲੋਕ ਜਿਹੜੇ ਤੁਹਾਨੂੰ ਐਕਸਾਈਟਡ ਕਰਕੇ ਪੋਸਾ ਦਿੰਦੇ ਪਰ ਮੈਂ ਤੇ ਇਹੀ ਕਹੂੰਗਾ ਵੀ ਆਓ ਪਹਿਲਾਂ ਦੇਖੋ ਆਪ ਅੱਖੀਂ ਦੇਖ ਕੇ ਫਿਰ ਡਿਸਾਈਡ ਕਰੋ ਕਿ ਹਾਂ ਇਹ ਸਾਡੇ ਲਈ ਮੂਵ ਜੋ ਇਹ ਅੱਛਾ ਰਹੂਗਾ ਕਿ ਪੈਰ ਰਹੂਗਾ। ਥੈਂਕ ਯੂ ਵੈਰੀ ਮਚ ਤੇ ਇਹ ਕਹਿ ਰਹੇ ਨੇ ਕਿ ਅਮਰੀਕਾ ਦੇ ਦਿਲ ਦੇ ਵਿੱਚ ਆਓ ਔਰ ਅਮਰੀਕਾ ਦੇ ਦਿਲ ਦੇ ਵਿੱਚ ਆ ਕੇ ਇਹਨਾਂ ਦਿਲਦਾਰਾਂ ਨਾਲ ਮਿਲੋ ਲੇਕਿਨ ਇਹਨਾਂ ਦਿਲਦਾਰਾਂ ਦੀ ਹੋਰ ਕੀ ਸਟੋਰੀ ਹੈਗੀ ਆ ਕੀ ਇਹਨਾਂ ਦਾ ਸਟਰਗਲ ਹੈਗਾ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅਜਿਹੇ ਮੁੱਦੇ ਦੇ ਵਿੱਚ ਇੱਕ ਨਿੱਕੇ ਜਿਹੇ ਵਕਫੇ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਸਟ ਬ੍ਰॉडकास्टਿੰਗ ਦੀ ਟੀਮ ਪਹੁੰਚੀ ਹੋਈ ਹੈ ਇਨੀਆਂ ਆਪਲਸ ਜਿੱਥੇ ਅੱਜ ਅਸੀਂ ਪਹੁੰਚ ਕੇ ਤੁਹਾਨੂੰ ਇੱਥੇ ਦੀ ਜਿਹੜੇ ਉਦਯੋਗਪਤੀ ਹਨ ਇੱਥੇ ਦੇ ਜਿਹੜੇ ਦਿਲਦਾਰ ਹਨ ਅਸੀਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਉਹਨਾਂ ਨਾਲ ਅਸੀਂ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਮੁਖਾਤਿਬ ਕਰਾ ਰਹੇ ਹਾਂ ਤੇ ਹੁਣ ਮੇਰੇ ਨਾਲ ਬਲਵਿੰਦਰ ਸਿੰਘ ਖੱਕ ਜੀ ਇੱਥੇ ਮੌਜੂਦ ਹਨ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹ ਥੋੜਾ ਜਿਹਾ ਚਾਨਣਾ ਪਾਉਣ ਕਿ ਐ ਸਟੇਟ ਕਿਵੇਂ ਪ੍ਰੋਗਰੈਸਿਵ ਹੋ ਰਹੀ ਹੈ ਅਧਿਆਤਮਕ ਅਤੇ ਧਾਰਮਿਕ ਗੱਲਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਅਲਵਲੇ ਸਾਹਿਬ ਮੇਰਾ ਨਾਮ ਬਲਵਿੰਦਰ ਸਿੰਘ ਖੱਕ ਹੈ ਤੇ 2007 ਤੋਂ ਮੈਂ ਇੰਡੀਆਨਾ ਵਿੱਚ ਮੂਵ ਹੋਇਆ ਇੱਥੇ ਅਸੀਂ ਤਕਰੀਬਨ ਨਿਊਯਾਰਕ ਪਹਿਲਾ ਆਏ ਸੀ 1986 ਦੇ ਵਿੱਚ ਉੱਥੇ ਵੀ 8-10 ਸਾਲ ਲਗਾਏ ਆ ਉਸ ਤੋਂ ਬਾਅਦ ਨਿਊ ਜਰਸੀ ਮੂਵ ਹੋ ਗਏ ਆ ਸਭ ਤੋਂ ਪਹਿਲਾਂ ਗੈਸ ਸਟੇਸ਼ਨ ਮੈਂ 2000 ਆਪਣਾ 1992 ਦੇ ਵਿੱਚ ਲਿਆ ਸੀ ਨਿਊ ਜਰਸੀ ਦੇ ਵਿੱਚ ਸਾਰਸਕ ਦੇ ਵਿੱਚ ਤੇ ਉਸ ਤੋਂ ਬਾਅਦ 2007 ਦੇ ਵਿੱਚ ਇੱਥੇ ਮੂਵ ਹੋਏ ਆ ਜਿਹੜੀ ਸਾਡਾ ਆਪਣੀ ਜਿੰਦਗੀ ਦਾ ਐਕਸਪੀਰੀਅੰਸ ਆ ਕਿ ਅਸੀਂ ਤਕਰੀਬਨ ਨਿਊਯਾਰਕ ਵੀ ਦੇਖਿਆ ਨਿਊ ਜਰਸੀ ਵੀ ਦੇਖੀ ਹੈ ਉਹਦੇ ਨਾਲੋਂ ਇਹ ਜਿਹੜੀ ਸਟੇਟ ਸਾਨੂੰ ਬਹੁਤ ਜ਼ਿਆਦਾ ਚੰਗੀ ਲੱਗੀ ਹੈ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਅਪਰਚੂਨਿਟੀ ਤੁਹਾਡੇ ਵਾਸਤੇ ਤੇ ਤਕਰੀਬਨ ਸਾਰੀ ਅਸੀਂ ਤਾਂ ਬਹੁਤ ਸੋਚਦੇ ਕਿ ਜਿਹੜਾ ਅਸੀਂ ਕੀਤੀ ਮੂਵਮੈਂਟ ਇਹ ਬਹੁਤ ਵਧੀਆ ਕੀਤਾ ਇਥੋਂ ਉਥੇ ਮੂਵ ਹੋ ਗਏ ਇੱਕ ਤੋਂ ਉਹ ਟੂ ਕਰਾਉਡਡ ਹੈ ਉਹ ਸਟੇਟਾਂ ਇਹ ਜਿਹੜੀ ਸਟੇਟ ਹੈ ਇਹਦੇ ਵਿੱਚ ਖਾਸ ਕਰਕੇ ਸਾਡੇ ਪੰਜਾਬੀ ਭਾਈਚਾਰੇ ਨੂੰ ਜਿਹੜਾ ਨੇ ਇਹ ਬਹੁਤ ਜ਼ਿਆਦਾ ਆਪਰਚੂਨਿਟੀ ਇੱਥੇ ਕਿਉਂਕਿ ਇੱਕ ਤਾਂ ਸਾਡਾ ਮਾਹੌਲ ਬਿਲਕੁਲ ਸੇਮ ਪੰਜਾਬ ਵਰਗਾ ਇੱਥੇ ਖੇਤੀ ਹੁੰਦੀ ਖੇਤੀ ਵਾਲੇ ਬਾੜੀ ਵਾਲੀ ਜ਼ਮੀਨਾਂ ਸਾਰੀ ਤੇ ਬਿਜ਼ਨਸ ਦੇ ਵਿੱਚ ਵੀ ਬਹੁਤ ਜਿਆਦਾ ਆਪਰਚੂਨਿਟੀ ਹੈ तकरीबन ਸਾਡੀ ਹੁਣ ਇੱਥੇ ਜਿੰਨੀ ਹੈ ਪਾਪੂਲੇਸ਼ਨ ਮੂਵ ਹੋਈ ਹੈ ਇਹਨਾਂ ਦਾ 50% ਲੋਕ ਸਾਡਾ ਟਰੱਕਿੰਗ ਇੰਡਸਟਰੀ ਵਿੱਚ ਵੀ ਹੈਗੇ ਓਕੇ ਕਿ ਜਿਨ੍ਹਾਂ ਨੇ तकरीबन ਉਹਨਾਂ ਸਟੇਟਾਂ ਵਿੱਚੋਂ ਜਾਂ ਕੈਲੀਫੋਰਨੀਆ ਚੋਂ ਮੂਵ ਹੋ ਕੇ ਆਏ ਜਾਂ ਨਿਊਯਾਰਕ ਤੋਂ ਮੂਵ ਹੋ ਕੇ ਜੌਬ ਵੀ ਕਰਦੇ ਸੀ ਉਹਨਾਂ ਨੇ ਵੀ ਇੱਥੇ ਇੱਥੇ ਆ ਕੇ ਆਪਣੇ ਬਿਜ਼ਨਸ ਬਿਲਡ ਕਰ ਲਏ ਤੇ ਬਾਕੀ ਸਾਡੀ ਚਾਵਲਾ ਸਾਹਿਬ ਦੀ ਬੜੀ ਹੈਲਪ ਹੈ ਦੇ ਵਿੱਚ ਕਿ ਕੋਈ ਇੰਸ਼ੋਰੈਂਸ ਸਭ ਤੋਂ ਜ਼ਰੂਰੀ ਹੁੰਦੀ ਹੈ ਬਿਜ਼ਨਸ ਦੇ ਵਿੱਚ ਜਾਂ ਟਰੱਕਿੰਗ ਦੇ ਵਿੱਚ ਘਰਾਂ ਦੇ ਵਿੱਚ ਜਿਨੇ ਘਰ ਵੀ ਲੈਣੇ ਆ ਹੂੰ ਤੇ ਇਹ ਬੜਾ ਹੈਲਪਫੁਲ ਆ ਸਾਰਿਆਂ ਵਾਸਤੇ ਕਿਉਂਕਿ ਜਦੋਂ ਵੀ ਕੋਈ ਪ੍ਰਾਪਰਟੀ ਦੇਖੀ ਦੀ ਸਭ ਤੋਂ ਪਹਿਲਾਂ ਚਾਵਲਾ ਸਾਹਿਬ ਨੂੰ ਕਾਲ ਕਰੀ ਦੀ ਪਾਈ ਜੀ ਇੰਸ਼ੋਰੈਂਸ ਸਾਨੂੰ ਚਾਹੀਦੀ ਤੇ ਤਕਰੀਬਨ ਇੰਨਾ ਦਾ ਐਕਸਪੀਰੀਅੰਸ ਪੁਰਾਣਾ ਹੋਣ ਕਰਕੇ ਹੈਲਪਫੁਲ ਹੋ ਗਏ ਹਰ ਪਾਸਿਓ ਸੋ ਹਰ ਇੱਕ ਅਸੀਂ ਤੇ ਇਹ ਕਹਾਂਗੇ ਕਿ ਜਿਹੜਾ ਕੋਈ ਵੀ ਇੱਥੇ ਮੂਵ ਹੋਣਾ ਚਾਹੁੰਦਾ ਹੈ ਉਹਦੇ ਵਾਸਤੇ ਸਾਡੇ ਹਿਸਾਬ ਦੇ ਨਾਲ ਬਹੁਤ ਇੱਥੇ ਅਪਰਚੂਨਿਟੀ ਹੈ ਜੌਬ ਦੀ ਵੀ ਜੀ ਜੌਬ ਵੀ ਹਰ ਤਰ੍ਹਾਂ ਦੀ ਮਿਲ ਜਾਂਦੀ ਹੈ ਇੱਥੇ ਫਿਰ ਇਹ ਨਹੀਂ ਕੋਈ ਜਾਬ ਦੀ ਤਾਂ ਭਾਵੇਂ ਅੱਜ ਛੱਡ ਕੇ ਦੂਸਰੀ ਜਗ੍ਹਾ ਸਵੇਰੇ ਲੈ ਲਓ ਠੀਕ ਹੈ ਜਿਹੜਾ ਕੋਈ ਬਿਜ਼ਨਸ ਮਾਈਂਡਡ ਹੈ ਜਿਹੜਾ ਬਿਜ਼ਨਸ ਵੈਲਡੈਸ ਕਰਨੇ ਚਾਹੁੰਦਾ ਉਹਦੇ ਵਾਸਤੇ ਬਿਜ਼ਨਸ ਵਾਸਤੇ ਬਹੁਤ ਜ਼ਿਆਦਾ ਅਪਰਚੂਨਿਟੀ ਹੈਗੀ ਹੈ ਇਹ ਨਹੀਂ ਗੈਸ ਸਟੇਸ਼ਨ ਜਾਂ ਟਰੱਕਿੰਗ ਹੈਗੇ ਆ ਹੋਰ ਬਹੁਤ ਸਾਰੇ ਸਾਡੇ ਲੋਕਾਂ ਦੇ ਬਿਜ਼ਨਸ ਹੈ ਗਰੇਵਲ ਹੋਣੀਆਂ ਆਟੋ ਰਿਪੇਅਰ ਦਾ ਇਹਨਾਂ ਦਾ ਬਿਜ਼ਨਸ ਬਹੁਤ ਤਕੜਾ ਹੈ ਜੀ ਤੇ ਹੋਰ ਇਨਸ਼ੋਰਸਾਂ ਦੇ ਹੋਟਲਾਂ ਦੇ ਕਾਰੋਬਾਰ ਹੈਗੇ ਸਾਡੇ ਲੋਕਾਂ ਦੇ ਇੱਥੇ ਲਿਕਰ ਸਟੋਰ ਬਹੁਤ ਜ਼ਿਆਦਾ ਤੇ ਹਰ ਤਰ੍ਹਾਂ ਦਾ ਤੁਹਾਨੂੰ ਇੱਥੇ ਅਪਰਚੂਨਿਟੀ ਹੈਗੀ ਹੈ ਜਿਹੜੀ ਤੁਸੀਂ ਇ ਤੇ ਬਾਕੀ ਧਾਰਮਿਕ ਤੌਰ ਤੇ ਜਦੋਂ ਅਸੀਂ ਆਏ ਸੀ ਉਦੋਂ ਤਿੰਨ ਕੋ ਗੁਰਦੁਆਰਾ ਸਾਹਿਬ ਸੀ ਹੁਣ ਵੀ ਗੁਰਦੁਆਰਾ ਸਾਹਿਬ ਤਕਰੀਬਨ ਤੁਹਾਨੂੰ 5-6 ਮੀਲ ਦੇ ਘੇਰੇ ਵਿੱਚ ਮਿਲ ਜਾਣਗੇ 8-10 ਗੁਰਦੁਆਰਾ ਸਾਹਿਬ ਆ ਸਾਡੇ ਤੇ ਜਿਹੜੇ ਇਸ ਟਾਈਮ ਸੰਥਿਆ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਤਕਰੀਬਨ ਗੱਤਕੇ ਦੀ ਟ੍ਰੇਨਿੰਗ ਹੁੰਦੀ ਹੈ ਹੁਣ ਗ੍ਰੀਨਵੁੱਡ ਗੁਰਦੁਆਰਾ ਦੇ ਵਿੱਚ ਗੱਤਕਾ ਬੱਚਿਆਂ ਨੂੰ ਸਿਖਾਇਆ ਜਾਂਦਾ ਸੰਥਿਆ ਦੇ ਕਲਾਸਾਂ ਚੱਲਦੀਆਂ ਲਗਾਤਾਰ ਤੇ ਅੱਜ ਜੇ ਤੁਸੀਂ ਉੱਥੇ ਜਾਵੋ ਤੇ ਧਿਆਨ ਨੂੰ तकरीबन ਸਾਡੇ 25% ਬੱਚੇ ਜਿਹੜੇ ਬਾਣਿਆਂ ਦੇ ਵਿੱਚ ਆ ਰਹੇ ਆ ਜੀ ਗੋਲਦਮਾਲਿਆਂ ਦੇ ਵਿੱਚ ਬਾਣਿਆਂ ਦੇ ਵਿੱਚ ਆਉਂਦੇ ਆ ਬੱਚੇ ਤੇ ਦੇਖਦੇ ਕਿ ਹੋਰ ਵੀ ਆਲੇ ਦੋਲੇ ਲੋਕ ਜਿਹੜੇ ਹੋਰ ਵੀ ਬੱਚੇ ਹੈਗੇ ਉਹਨਾਂ ਵੱਲ ਦੇਖ ਕੇ ਆਪਣੇ ਚੇਂਜ ਕਰ ਰਹੇ ਆ ਠੀਕ ਹੈ ਪਹਿਲਾਂ ਹੁਣ ਜਦੋਂ ਅਸੀਂ ਆਏ ਸੀ ਇੱਥੇ ਕੋ ਬਿਰਲਾ ਬਿਰਲਾ ਆਪਣੀ ਦਸਤਾਰ ਸਜਾਉਂਦਾ ਸੀ ਸਾਡੇ ਪੰਜਾਬੀ ਕਮਿਊਨਿਟੀ ਦੇ ਵਿੱਚ ਪਰ ਹੁਣ तकरीबन ਆਮ ਮੋਸਟਲੀ ਲੋਕ ਜਿਹੜੇ ਇਸ ਚੀਜ਼ ਨੂੰ ਚੇਂਜ ਹੋ ਰਿਹਾ ਹੈ ਦਸਤਾਰ ਦੀ ਆਗ ਬਾਨ ਸ਼ਾਨ ਜਿਹੜੀ ਹੈ ਉਹ ਵਧੀ ਹੈ ਲੇਕਿਨ ਇਹ ਹੀ ਕਹਿੰਦਾ ਭਾਵਾ ਹੈ ਬਲਵਿੰਦਰ ਸਿੰਘ ਜੀ ਦਾ ਕਿ ਤੁਸੀਂ ਇੰਡੀਆਨਾ ਜ਼ਰੂਰ ਆਨਾ ਆਨਾ ਲੇਕਿਨ ਕੀ ਕਰਨ ਆਨਾ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਮਨਜੀਤ ਨਾਗਰਾ ਜੀ ਤੋਂ ਬਿਜ਼ਨਸ ਕੰਸਲਟੈਂਟ ਨੇ ਤੁਸੀਂ ਵਪਾਰ ਕਰਨ ਆਨਾ ਲੇਕਿਨ ਵਪਾਰ ਕਿਵੇਂ ਕਰੋਗੇ ਉਹ ਥੋੜਾ ਜਿਹਾ ਚਾਨਣਾ ਪਾ ਲੈਣੇ ਆਪਾਂ ਇਹਨਾਂ ਤੋਂ ਮੈਂ ਜਸ ਪੰਜਾਬੀ ਦਾ ਪਹਿਲਾਂ ਬਹੁਤ ਧੰਨਵਾਦ ਕਰਦਾ ਜੀ ਉਹਨਾਂ ਦਾ ਇੰਡੀਅਨ ਐਪਲਸ ਦੇ ਵਿੱਚ ਆਉਣ ਦਾ ਤੇ ਲਾਈਵ ਮੁੱਦਾ ਛੇੜਨ ਦਾ ਤੇ ਮੇਰੀ ਲਾਈਫ ਦੀ ਜਰਨੀ ਜਿਹੜੀ ਸੀਗੀ ਉਹ ਸ਼ੁਰੂ ਹੋਈ ਨਿਊਯਾਰਕ ਦੇ ਵਿੱਚੋਂ ਜਦੋਂ ਮੈਂ 95 ਦੇ ਵਿੱਚ ਆਇਆ ਤੇ ਮੈਂ ਉੱਥੇ ਕੁਝ ਸਾਲ ਕੰਮ ਕੀਤਾ ਉਸ ਤੋਂ ਬਾਅਦ ਚ ਮੈਂ ਥੋੜਾ ਜਿਹਾ ਨਿਊ ਜਰਸੀ ਰਿਆਂ ਤੇ ਜਦੋਂ ਮੈਂ ਨਿਊ ਜਰਸੀ 'ਚ ਰਹਿੰਦਾ ਸੀਗਾ ਉਸ ਟਾਈਮ ਦੇ ਵਿੱਚ ਹੀ ਤੇ ਮੈਨੂੰ ਰੀਅਲ ਸਟੇਟ ਦੇ ਵਿੱਚ ਜਾਂ ਕਮਰਸ਼ੀਅਲ ਰੀਅਲ ਸਟੇਟ ਦੇ ਵਿੱਚ ਜਾਣ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀਗਾ ਮੇਰਾ ਆਪਣਾ ਤੇ ਮੇਰੇ ਕੋਈ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਹੁੰਦੇ ਸੀਗੇ ਕਿ ਉਹਨਾਂ ਨੇ ਬਾਰ-ਬਾਰ ਮੈਨੂੰ ਕਹਿਣਾ ਕਿ ਤੂੰ ਕੰਪਿਊਟਰ ਚਲਾਉਣਾ ਆ ਤੂੰ ਥੋੜਾ ਬੋਲ ਧਿਆਨ ਰੱਖ ਅਸੀਂ ਗੈਸ ਸਟੇਸ਼ਨ ਲੈਣਾ ਆ ਸਾਨੂੰ ਕੋਈ ਗੈਸ ਸਟੇਸ਼ਨ ਤੇ ਮੈਂ ਕੰਪਨੀ ਸੀ loopnet.com ਜਿਨ੍ਹਾਂ ਦੇ ਉੱਪਰ ਮੋਸਟਲੀ ਕਮਰਸ਼ੀਅਲ ਰੀਅਲ ਅਸਟੇਟ ਪ੍ਰੋਪਰਟੀਆਂ ਲਿਸਟ ਹੁੰਦੀਆਂ ਆ ਤੇ ਮੈਂ ਕਾਫੀ ਉਹਦੇ ਉੱਪਰ ਟਾਈਮ ਸਪੈਂਡ ਕਰਦਾ ਸੀ ਕਿਉਂਕਿ ਸਵੇਰੇ ਮੈਂ ਜੌਬ ਕਰਦਾ ਸੀ ਨਿਊਯਾਰਕ ਸਿਟੀ ਦੇ ਵਿੱਚ ਤੇ ਸ਼ਾਮ ਨੂੰ ਆਣ ਕੇ ਮੈਂ ਉਸ ਪੋਰਟਲ ਦੇ ਵਿੱਚ ਬਹਿ ਕੇ ਕਾਫੀ ਟਾਈਮ ਸਪੈਂਡ ਕਰਦਾ ਸੀ ਪ੍ਰੋਪਰਟੀਆਂ ਫਾਈਂਡ ਕਰਨ ਲਈ ਤੇ ਉਹ ਪ੍ਰੋਪਰਟੀਆਂ ਮੋਸਟਲੀ ਹੁੰਦੀਆਂ ਸੀਗੀਆਂ ਮਿਡ ਵੈਸਟ ਦੇ ਵਿੱਚ ਜਾਂ ਕੈਂਸਰ ਸਿਟੀ ਮਜ਼ੂਰੀ ਜਾਂ ਇਲਨੋਏ ਦੇ ਵਿੱਚ ਜਾਂ ਇੰਡੀਅਨ ਐਪਲਸ ਦੇ ਵਿੱਚ ਜਾਂ ਹਾਇਓ ਸਟੇਟ ਜਿੱਥੇ ਜਾਂ ਕੰਟਰਕਟ ਕੀ ਜੇ ਤੇ ਉਹ ਪ੍ਰਾਪਰਟੀਆਂ ਫਿਰ ਮੈਨੂੰ ਦਿਖਾਈਆਂ ਵੀ ਇੱਥੇ ਲਿਆ ਲਿਆ ਕੇ ਆਣ ਕੇ ਜਦੋਂ ਮੈਂ ਕਮਰਸ਼ੀਅਲ ਰੀਅਲ ਅਸਾਈਟ ਕਰਦਾ ਸੀਗਾ ਨਿਊ ਜਰਸੀ ਚੋਂ ਹੀ ਤੇ ਹੌਲੀ ਹੌਲੀ ਉਹਨਾਂ ਨੇ ਤਾਂ ਕਦੀ ਪ੍ਰਾਪਰਟੀ ਲਈ ਨਹੀਂ ਕਿਉਂਕਿ ਉਹਨਾਂ ਦੇ ਕੋਲ ਆਈ ਥਿੰਕ ਉਦੋਂ ਟਾਈਮ ਨਹੀਂ ਸਹੀ ਸੀ ਉਹਨਾਂ ਦਾ ਜਾਂ ਉਹਨਾਂ ਤੋਂ ਲੈ ਨਹੀਂ ਹੋਈ ਪਰ ਮੈਂ ਉਹਨਾਂ ਦੇ ਨਾਲ ਇਹਨਾਂ ਘੁੰਮਿਆ ਕਿ ਮੈਨੂੰ ਇੰਡੀਅਨ ਐਪਲਸ ਦੇ ਵਿੱਚ ਇੰਟਰਸਟ ਸ਼ੁਰੂ ਹੋ ਗਿਆ ਕਿ ਮੈਂ ਇੱਥੇ ਮੂਵ ਹੋਵਾਂ ਕਿਉਂਕਿ ਇੰਡੀਅਨ ਐਪਲਸ ਕੋਈ 2003 ਤੋਂ ਲੈ ਕੇ 2004 ਦੇ ਵਿੱਚ ਕਾਫੀ ਗਰੋਥ ਫੜ ਲਈ ਸੀ ਇੰਡੀਅਨ ਐਪਲਸ ਨੇ ਤੇ ਮੈਂ ਫਿਰ 2005 ਦੇ ਵਿੱਚ ਨਿਊ ਜਰਸੀ ਤੋਂ ਇੱਥੇ ਇ ਤੇ ਜਦੋਂ ਮੈਂ ਇਥੇ ਇੰਡੀਅਨ ਐਪਲਸ ਜੀ ਮੂਵ ਹੋਇਆ ਤੇ ਮੈਂ ਇਥੇ ਮੇਰੇ ਬਹੁਤ ਖਾਸ ਮੇਰੇ ਦੋਸਤ ਮੇਰੇ ਵੱਡੇ ਭਰਾ ਮੇਰੇ ਗੁਰੂ ਵੀ ਹੈਗੇ ਉਹ ਦਰਸ਼ਨ ਸਿੰਘ ਧੜਰ ਤੇ ਉਹਨਾਂ ਦੇ ਨਾਲ ਮੈਂ ਇਥੇ ਮਿਲਿਆ ਉਹਨਾਂ ਨੂੰ ਅਣਕੇ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਕਿ ਇੰਡੀਅਨ ਐਪਲਸ ਕੀ ਹੈਗਾ ਮੈਨੂੰ ਉਹਨਾਂ ਨੇ ਲਾਡੀ ਭਾਜੀ ਨਾਲ ਵੀ ਮਿਲਾਇਆ ਜਿਹੜੇ ਸਿੰਘ ਕੰਸਟਰਕਸ਼ਨ ਦੇ ਮਾਲਕ ਹੈਗੇ ਐਸ ਟਾਈਮ ਤੇ ਇੰਡੀਅਨ ਐਪਲਸ ਨੇ ਓਵਰ ਆਲ ਬਹੁਤ ਕੁਝ ਦਿੱਤਾ ਮੈਨੂੰ ਆਈ ਵਰਡ ਸੇ ਕਿ ਮੈਂ ਇਹ ਬਹੁਤ ਵਧੀਆ ਡਿਸੀਜਨ ਬਣਾਈ ਕਿ ਮੈਂ ਉਥੋਂ ਨਿਊਯਾਰਕ ਨਿਊ ਜਰਸੀ ਦੇ ਵਿੱਚੋਂ ਮੂਵ ਹੋ ਕੇ ਇੰਡੀਅਨ ਐਪਲਸ ਆ ਗਿਆ ਤੇ ਕਈ ਵਾਰੀ ਅੱਜ ਵੀ ਮੈਨੂੰ ਲੋਕੀ ਫੋਨ ਕਰਦੇ ਆ ਉਹ ਮੂਵ ਹੋਣਾ ਚਾਹੁੰਦੇ ਆ ਤੇ ਪਰ ਉਹ ਐਂਡ ਦੇਰੇ ਇਹ ਕਹਿ ਦਿੰਦੇ ਆ ਕਿ ਬੱਚੇ ਨਹੀਂ ਬੰਦੇ ਹੈਗੇ ਸੋ ਮੇਰੇ ਹਿਸਾਬ ਨਾਲ ਕੁਛ ਨਾ ਕੁਛ ਅ ਬਦਲਣ ਲਈ ਤੁਹਾਨੂੰ ਕੋਈ ਨਾ ਕੋਈ ਸੈਕਰੀਫਾਈ ਕਰਨਾ ਪੈਣਾ ਹੈ ਤੁਹਾਡੀ ਜੇ ਬਹੁਤ ਜ਼ਿਆਦਾ ਸੋਸ਼ਲ ਨੈਟਵਰਕ ਨਿਊਯਾਰਕ ਦੇ ਵਿੱਚ ਹੈਗਾ ਜਾਂ ਤੇ ਤੁਹਾਨੂੰ ਥੋੜਾ ਜਿਹਾ ਉੱਥੋਂ ਸੈਕਰੀਫਾਈ ਕਰਨਾ ਪਏਗਾ ਗਾਂ ਬਦਲਣ ਦੇ ਲਈ ਕੋਈ ਚੀਜ਼ ਪਾਉਣ ਲਈ ਹਮੇਸ਼ਾ ਕੁਝ ਛੱਡਣੀ ਪੈਂਦੀ ਆ ਤੇ ਮੇਰੇ ਦੋਸਤ ਹੈਗੇ ਕੋਈ ਹੱਲੇ ਵੀ ਉਹ ਨਿਊਯਾਰਕ ਦੇ ਵਿੱਚ ਟੈਕਸੀ ਚਲਾਉਂਦੇ ਆ ਕੋਈ ਟਰੱਕ ਚਲਾਉਂਦੇ ਆ ਤੇ ਉਹਨਾਂ ਦੇ ਕੋਲ ਹਾਲ ਤੱਕ ਨਿਊਯਾਰਕ ਸਿਟੀ ਛੱਡ ਨਹੀਂ ਹੋਈ ਤੇ ਮੈਂ ਉਹਨਾਂ ਨੂੰ ਮਜ਼ਾਕ ਕਰਦਾ ਉਹਨਾਂ ਕਈ ਵਾਰੀ ਕਿ ਤੁਸੀਂ ਇੰਡੀਆਨ ਐਪਲ ਪੀ ਨਿਊਯਾਰਕਸ ਦੀਆਂ ਬਿਲਡਿੰਗਾਂ ਦੇ ਵਿੱਚ ਤੁਹਾਡੇ ਹਿੱਸੇ ਹੈਗੇ ਆ ਜਿਉਂ ਦੀ ਸ਼ੇਅਰ ਖਰੀਦੀ ਹੋਇਆ ਕਿ ਤੁਸੀਂ ਉਹ ਸਟੇਟ ਨੂੰ ਨਹੀਂ ਛੱਡ ਸਕਦੇ ਹੈਗੇ ਤੇ ਸਮਾਂ ਤੇ ਜਿੰਨੇ ਬੱਚੇ ਤੁਹਾਡੇ ਵੱਡੇ ਵੱਡੇ ਹੋਈ ਜਾਂਦੇ ਆ ਉਹਨਾਂ ਹੀ ਔਖਾ ਹੋਏਗਾ ਗਾਂ ਤੈਨੂੰ ਉਹ ਸਟੇਟਾਂ ਛੱਡਣ ਲਈ ਕਿਉਂਕਿ ਬੱਚਿਆਂ ਦਾ ਆਪਣਾ ਨੈਟਵਰਕ ਬਣ ਜਾਂਦਾ ਆ ਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਉਹ ਸਟੇਟ ਛੱਡਣੀ Indian Apples ਦੇ ਵਿੱਚ ਕਮਰਸ਼ੀਅਲ ਰੀਅਲ اسٹیਟ ਕੀਤੀ ਮੈਂ ਮਾਰਗੇਜ ਬ੍ਰੋਕਰਸ ਦੇ ਲੋਨ ਕੀਤੇ ਕਮਰਸ਼ੀਅਲ ਲੋਨ ਰੈ residencial ਲੋਨ ਉਸ ਤੋਂ ਬਾਅਦ ਵਿੱਚ ਮੈਂ ਪੈਟਰੋਲੀਅਮ ਹੋਲ ਸੇਲ ਐਜ਼ ਅ ਪੈਟਰੋਲੀਅਮ ਜਬਰਦਾ بزਨਸ ਕਰ ਰਿਹਾ ਹੁਣ ਇਸ ਟਾਈਮ ਕੁਝ ਗੈਸ ਸਟੇਸ਼ਨ ਓਨ ਕਰਦੇ ਆ ਟਰੱਕ ਸਟਾਪ ਓਨ ਕਰਦੇ ਆ ਇੰਡੀਅਨ ਰੈਸਟੋਰੈਂਟ ਹੈਗਾ ਯਾਰ ਫਿਊਲ ਟ੍ਰਾਂਸਪੋਰਟੇਸ਼ਨ ਕੰਪਨੀ ਓਨ ਕਰਦੇ ਆ ਤੇ ਅੱਜ ਵੀ ਕਮਰਸ਼ੀਅਲ ਲੋਨਸ ਮਾਰਗੇਜਸ ਕਰਦੇ ਆ ਤੇ ਜੇ ਕਿਸੇ ਬੰਦੇ ਨੂੰ ਵੀ ਕੋਈ ਚੀਜ਼ ਦੀ ਇਨਫਾਰਮੇਸ਼ਨ ਚਾਹੀਦੀ ਹੈ ਇੰਡੀਅਨ ਐਪਲਸ ਦੇ ਲਈ ਜਾਂ ਹੋਰ ਕੋਈ ਉਹਨਾਂ ਨੂੰ ਕੁਐਸਚਨ ਹੈਗਾ ਜਾਂ ਉਹ ਜਦੋਂ ਮਰਜ਼ੀ ਸਾਨੂੰ ਰੀਚ ਕਰ ਸਕਦੇ ਆ ਮੇਰਾ ਨੰਬਰ ਹੈਗਾ 317 7501900 ਤੇ ਦੂਜੀ ਗੱਲ ਇਹ ਹੈਗੀ ਆ ਕਿ ਇੰਡੀਅਨ ਐਪਲਸ ਦੇ ਵਿੱਚ ਕਈ ਬੰਦੇ ਆਏ ਵੀ ਆ ਉਹ ਆ ਕੇ ਵਾਪਸ ਚਲੇ ਗਏ ਕਿਉਂਕਿ ਉਹਨਾਂ ਨੂੰ ਮੈਂ ਹਮੇਸ਼ਾ ਇਹ ਬੰਦੇ ਨੂੰ ਇਹ ਕਹਿੰਦਾ ਹਾਂ ਨਾ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ 2.5 ਲੱਖ ਡਾਲਰ ਹੈਗਾ 5 ਲੱਖ ਡਾਲਰ ਹੈਗਾ ਤੇ ਤੁਸੀਂ ਕੋਈ ਵੀ ਬਿਜ਼ਨਸ ਕਰ ਸਕਦੇ ਆ ਤੁਹਾਡੇ ਜੇ ਪਹਿਲੀ ਗੱਲ ਹੈ ਉਸ ਚੀਜ਼ ਨੂੰ ਕੰਮ ਕਰਨ ਲਈ ਐਜੂਕੇਸ਼ਨ ਉਸ ਚੀਜ਼ ਲਈ ਸੋਰੀ ਸਟੱਡੀ ਕਰੋ ਪਹਿਲਾਂ ਕਿਉਂਕਿ ਤੁਸੀਂ ਸਾਰੇ ਜਨਾਨੇ ਬਹੁਤ ਔਖਾ ਪੈਸਾ ਕਮਾਇਆ ਇਹਨੂੰ ਲੂਜ਼ ਕਰਨਾ ਬਹੁਤ ਈਜ਼ੀ ਆ ਤੇ ਕਮਾਉਣਾ ਬਹੁਤ ਔਖਾ ਆ ਸੋ ਕਈ ਬੰਦਿਆਂ ਨੇ ਮੈਨੂੰ ਇਹ ਵੀ ਗੱਲ ਕਹੀ ਇੱਥੇ ਆਣ ਕੇ ਕਿ ਭਾਜੀ ਤੁਸੀਂ ਸਾਨੂੰ ਗੈਸ ਸਟੇਸ਼ਨ ਨਹੀਂ ਲੈਣ ਦਿੰਦਾ ਅਸੀਂ ਅੱਜ ਵੀ ਟਰੱਕ ਚ ਲਾਉ ਰਹੇ ਹਾਂ ਕਿ ਤੁਸੀਂ ਇਹ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਕੰਮ ਕਰੋ ਤੇ ਫਿਰ ਗੈਸ ਸਟੇਸ਼ਨ ਲਿਓ ਤੇ ਮੈਂ ਅੱਜ ਵੀ ਉਸੇ ਹੀ ਸਟੈਂਡ ਦੇ ਖੜਾ ਆ ਕਿ ਪਹਿਲਾਂ ਤੈਨੂੰ ਜ਼ਰੂਰ ਕੋਈ ਵੀ ਬਿਜ਼ਨਸ ਲੈਣਾ ਹੈ ਉਹਦੀ ਥੋੜੀ-ਬੋਧੀ ਐਜੂਕੇਸ਼ਨ ਲੈ ਲਓ ਜਾਂ ਜੌਬ ਕਰ ਲਓ ਉਸ ਫੀਲਡ ਦੇ ਵਿੱਚ ਤਾਂ ਫਿਰ ਜਾ ਕੇ ਕੋਈ ਚੀਜ਼ ਲ ਚਾਹੇ ਹੋਟਲ ਆ ਤੇ ਪ੍ਰੀ ਐਜੂਕੇਟ ਕਰੋ ਆਪਣੇ ਆਪ ਨੂੰ ਪਹਿਲਾਂ ਸਭ ਤੋਂ கரੈਕਟ ਤੇ ਬਿਜ਼ਨਸ ਤੈਨੂੰ ਲੱਗਦਾ ਕਿ ਬੇਸਿਕ ਨੋਲਿਜ ਜਿਹੜੀ ਹੈ ਉਹ ਬੇਹਦ ਜ਼ਰੂਰੀ ਹੈਗੀ ਹੈ ਬਹੁਤ ਜ਼ਰੂਰੀ ਹੈਗੀ ਹੈ ਤੇ ਐ ਸੀਗੇ ਸਾਡੇ ਨਾਲ ਮਨਜੀਤ ਨਾਗਰਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਬਿਜ਼ਨਸ ਕੰਸਲਟੈਂਟ ਹੰਡ ਲੇਕਿਨ ਜਸ ਪੰਜਾਬੀ ਨੇ ਵੀ ਮੁਹਿੰਮ ਸ਼ੁਰੂ ਕੀਤੀ ਹੈ ਜੇਕਰ ਤੁਹਾਨੂੰ ਕਿਸੇ ਵੀ ਸਟੇਟ ਦੇ ਵਿੱਚ ਜਾਣਾ ਤਾਂ ਉਸ ਸਟੇਟ ਦੇ ਜਿਹੜੇ ਵੱਖ-ਵੱਖ ਉਦਯੋਗਪਤੀ ਹਨ ਜਾਂ ਫਿਰ ਐਟਰਨੀ ਹਨ ਜਾਂ ਫਿਰ ਉਸ ਸਟੇਟ ਦੇ ਵਿੱਚ ਤੁਹਾਨੂੰ ਕਿਸੇ ਦੇ ਨਾਲ ਵੀ ਰابطਾ ਕਾਇਮ ਕਰਨਾ ਹੈ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਹੇਠ ਲਿਖੇ ਨੰਬਰ ਦੇ ਉੱਤੇ ਜਿਹੜਾ ਨੰਬਰ ਇਸ ਟਾਈਮ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਕਿਉਂਕਿ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਦ ਨਾਰਥ ਅਮਰੀਕਾ ਦੇ ਵਿੱਚ ਵਸਦੇ ਈਵਰ ਸਾਨੂੰ ਵੇਖਦੇ ਹਨ ਤਾਂ ਉਹਨਾਂ ਨੂੰ ਕਿਸੇ ਵੀ ਇਹ ਚੀਜ਼ ਦੀ ਅਗਰ ਲੋੜ ਹੈਗੀ ਹੈ ਚਾਹੇ ਉਹ ਕਿਸੇ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਤਾਂ ਜਸ ਪੰਜਾਬੀ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਤੁਹਾਨੂੰ ਨਿਸ਼ੁਲਕ ਇਹ ਸੇਵਾਵਾਂ ਦੇ ਦਿੰਦਾ ਹਨ ਇਹਦੇ ਕੋਈ ਵੀ ਚਾਰਜ ਨਹੀਂ ਹੈਗੇ ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਬਿਜ਼ਨਸ ਨੂੰ ਸਟਰੋਂਗ ਕਰਨ ਦੇ ਲਈ ਜਾਂ ਫਿਰ ਕੋਈ ਹੋਰ ਵੀ ਤੁਹਾਨੂੰ ਪ੍ਰੋਬਲਮ ਹੈਗੀ ਹੈ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਤਾਂ ਤੁਸੀਂ ਰابطਾ ਕਾਇਮ ਕਰ ਸਕਦੇ ਹੋ ਅਸੀਂ ਤੁਹਾਨੂੰ ਉਹਨਾਂ ਸਾਰੇ ਪ੍ਰੋਫੈਸ਼ਨਲਸ ਨਾਲ ਅਸੀਂ ਮਿਲਾਵਾਂਗੇ ਔਰ ਕੋਸ਼ਿਸ਼ ਕਰਾਂਗੇ ਤੁਹਾਡੇ ਨਿਪਟਾਰਾ ਹੋ ਸਕੇ ਤੁਹਾਡੀ ਪ੍ਰੋਬਲਮ ਦਾ ਲੇਕਿਨ ਪ੍ਰੋਬਲਮਸ ਜੇ ਅਸੀਂ ਗੱਲ ਕੀਤੀ এডੂਕੇਸ਼ਨ ਦੀ ਅਸੀਂ ਗੱਲ ਕੀਤੀ ਅਸੀਂ ਗੱਲ ਕੀਤੀ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਗਰੋ ਕਰ ਸਕਦੇ ਹਾਂ ਤਾਂ ਅੱਜ ਉਹ ਲੋਕ ਸਾਡੇ ਨਾਲ ਬੈਠੇ ਹਨ ਜੋ ਕਿ ਵਾਕੇ ਹੀ ਜ਼ਮੀਨੀ ਪੱਧਰ ਤੇ ਗਰੋ ਹੋਏ ਹਨ ਕਿਵੇਂ ਹੋਏ ਹਨ ਕਰੋ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਹੋਰ ਵੀ ਪੈਨਲਿਸਟ ਮੌਜੂਦ ਹਨ ਇਸ ਬ੍ਰੇਕ ਤੋਂ ਬਾਅਦ ਲਵਾਂਗੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਔਰ ਅੱਜ ਜਸ ਪੰਜਾਬੀ ਦੀ ਟੀਮ ਪਹੁੰਚੀ ਹੋਈ ਹੈ ਜੀ ਇਹਨਾਂ ਨਾਲ ਪਲੱਸ ਜਿੱਥੇ ਅਸੀਂ ਤੁਹਾਨੂੰ ਮੁਖਾਤਿਬ ਕਰਾ ਰਹੇ ਹਾਂ ਉਹਨਾਂ ਸਾਰੀ ਸ਼ਕਸ਼ਤਾ ਨਾਲ ਜੋ ਕਿ ਇਸ ਸਟੇਟ ਦੇ ਵਿੱਚ ਮੌਜੂਦ ਹੈ اور ਆਪਣੇ ਕਾਰੋਬਾਰ ਨੂੰ ਅੱਗੇ ਲੈ ਕੇ ਜਾ ਰਿਹਾ ਕਾਰੋਬਾਰ ਦੀ ਅਸੀਂ ਗੱਲ ਕਰ ਲਈ ਬਿਜ਼ਨਸ ਦੀ ਅਸੀਂ ਗੱਲ ਕਰ ਲਈ ਅਸੀਂ ਗੱਲ ਕਰ ਲਈ ਅਧਿਆਤਮਿਕ ਧਾਰਮਿਕ ਗੱਲ ਕਰ ਲਈ ਲੇਕਿਨ ਜਦ ਅਸੀਂ ਗੱਲ ਕਰਦੇ ਆ ਸੱਭਿਆਚਾਰ ਦੀ ਆਪਣੀ ਟਰੈਡੀਸ਼ਨ ਦੀ ਆਪਣੇ ਕਲਚਰਲ ਐਕਟੀਵਿਟੀਆਂ ਦੀ ਇਸ ਧਰਤੀ ਦੇ ਉੱਤੇ ਉਹ ਅਜਿਹੀਆਂ ਐਕਟੀਵਿਟੀਆਂ ਕਿਵੇਂ ਹੋ ਰਹੀਆਂ ਹੁਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿਵੇਂ ਵੇਖ ਸਕਦੇ ਹਾਂ ਲਖਵੀਰ ਜੋਹਲ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਧਰਤੀ ਦੇ ਉੱਤੇ ਇਸ ਸਟੇਟ ਦੇ ਉੱਤੇ ਅਜੀ ਐਕਟੀਵਿਟੀਜ਼ ਕਰਾ ਰਹੇ ਹਨ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਕੀ ਕੁਝ ਹੋ ਰਿਹਾ ਔਰ ਕੀ ਕੁਝ ਹੋਇਆ ਔਰ ਅੱਜ ਜਿਹੜੀ ਸਖਸ਼ਤਾ ਸਾਡੇ ਨਾਲ ਪਹੁੰਚੀ ਹਨ ਔਰ ਕਿਉਂਕਿ ਭਾਜੀ ਦੇ ਮੈਂ ਐ ਵੀ ਤੁਹਾਨੂੰ ਤਾਰੂਫ ਕਰਾਦਾ ਬੈਂਕਟ ਹਾਲ ਤਾਂ ਹੈਗਾ ਤੇ ਕਈ ਆਨੰਦ ਕਾਰਜ ਵੀ ਕਰਾ ਚੁੱਕੇ ਹਨ ਤੇ ਦਾ ਐਕਸਪੀਰੀਅੰਸ ਕਿਵੇਂ ਰਿਹਾ ਜਸ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਲਖਵੀਰ ਜੋਹਲ ਲਈ ਪਿਆਰ ਭਰੀ ਸਤਿ ਸ਼ਕਾਲ ਅਮ ਤੁਹਾਡੀ ਮਿਸਾਲ ਜਿਨ ਜਾਲ ਵੀ ਜਿਉਂ ਦੀ ਮਿਸਾਲ ਮੈਂ ਹੀ ਆ ਮੈਂ ਯੰਗਸ ਤਾਂ ਜਿਹੜਾ ਇੱਥੇ ਮੂਵ ਹੋਇਆ ਮਾਂ ਯੰਗਸ ਮਤਲਬ 2 ਸਾਲ ਹੋਏ ਮੈਨੂੰ ਜਿਆਦਾ ਨਹੀਂ ਹੋਏ ਬਾਕੀ ਸਾਰੇ ਪੁਰਾਣੇ ਨਿਊਯਾਰਕ ਦੇ ਜਿਹੜਾ ਨੇ ਮੋਸਟਲੀ ਜਾਂ ਕੈਲੀਫੋਰਨੀਆ ਦੀਆਂ ਨੇ ਇੱਥੇ ਸੋ ਦਿਸ ਸਟੇਟ ਮੈਂ 2000 ਤੋਂ ਇੱਥੇ ਆਉਂਦਾ ਸੀਗਾ ਕਿਉਂ ਆਉਂਦਾ ਸੀ ਜਿੱਦਾਂ ਤੁਹਾਨੂੰ ਦੱਸਿਆ ਆਵਰਜ਼ਨ ਸ਼ੋ ਇੰਡਸਟਰੀ ਸ਼ੋ ਬਿਜ਼ਨਸ ਦੇ ਵਿੱਚ ਸੀਗਾ ਉਹਦੇ ਲਈ ਮੈਂ ਪੂਰੇ ਅਮਰੀਕਾ ਚ ਟਰੈਵਲ ਕਰਦਾ ਸੀ ਉਹ ਜਿੱਥੇ ਵੀ ਜਾਂਦਾ ਸੀਗਾ ਇੱਕ ਦਿਨ ਜਾਂ ਦੋ ਦਿਨ ਦੀ ਸਾਡੀ ਰਹਿਸ਼ ਹੁੰਦੀ ਸੀ ਔਰ ਸਿੰਗਰਾਂ ਦੇ ਨਾਲ ਸਾਨੂੰ ਵੀ ਮੌਕਾ ਹੁੰਦਾ ਕਿ ਵਧੀਆ ਰੈਸਟੋਰੈਂਟ ਚ ਵਧੀਆ ਹੋਟਲ ਚ ਜਾਂ ਵਧੀਆ ਉਹਨਾਂ ਬੰਦਿਆਂ ਨਾਲ ਹੀ ਮਿਲਣ ਦਾ ਮੌਕਾ ਹੁੰਦਾ ਹੈ ਜਿਹੜੀ ਸਾਡੀ ਕ੍ਰੀਮ ਆ ਹਰੇਕ ਸਟੇਟ ਦੇ ਵਿੱਚ ਤੇ ਉਹਨਾਂ ਨੇ ਹਰੇਕ ਨੇ ਕਹਿਣਾ ਨਿਊਯਾਰਕ ਚ ਕੁਝ ਨਹੀਂ ਹੈਗਾ ਨਿਊਯਾਰਕ ਚ ਕੁਝ ਨਹੀਂ ਹੈਗਾ ਨਿਊਯਾਰਕ ਤੋਂ ਬਾਹਰ ਨਿਕਲਿਆ ਆਓ ਤਾਂ ਆ ਵਾਸ ਆਲਵੇਜ਼ ਅੱਜ ਵੀ ਮੈਂ ਨਿਊਯਾਰਕ ਲਵਰ ਹਾਂ ਕਿਉਂਕਿ ਜੋ ਕੁਸ਼ਾ ਮੈਂ ਨਿਊਯਾਰਕ ਦੀ ਬਦੌਲਤਾਂ ਯੂ ਨੋ एवरीवन ਆਈ ਬਲੀਵ ਯੂ ਅਗਰੀ ਕਿ ਜਿੱਥੇ ਜਿੱਥੇ ਆਏ ਸੀ ਅਸੀਂ ਬਟ ਜਦੋਂ ਇੱਥੇ ਆਉਣ ਦਾ ਮੌਕਾ ਮਿਲਿਆ ਜਿਕਨ ਅੰਜੀਤ ਭਾਈ ਜੀ ਦਾ ਦਰਸ਼ਨ ਭਾਜੀ ਹੁਣੀ 2016 ਇਸ ਰੈਸਟੋਰੈਂਟ 'ਚ ਬੈਠੇ ਅਸੀਂ ਕਰਦੇ ਸੀ ਤੇ ਬਾਜੀ ਕਹਿੰਦੇ ਲਖਵੀਰ ਆ ਜਾ ਮੈਂ ਵੀ ਉੱਥੋਂ ਆਇਆ ਵਾਂ ਕਿ ਤੈਨੂੰ ਹੁਣ ਇੱਧਰ ਸੈਟਲ ਕਰ ਦਈਏ ਬਹੁਤ ਹੋ ਗਿਆ ਪੱਜਭੁਜਾਈਆ ਸ਼ੋਅ ਕਰ ਲੇ ਬਹੁਤ ਕੁਝ ਕਰ ਲਿਆ ਯੂ ਨੋ ਨਾਊ ਯੂ ਸੈਟਲਡ ਡਾਊਨ ਯੂ ਕਿਡਸ ਗਰਿੰਗ ਅਪ ਮੇਗਾ ਬਾਜੀ ਵੀ ਕੋਸ਼ਿਸ਼ ਕਰ ਰਹੇ ਆ ਕਿ ਅਕਤੂਬਰ 'ਚ ਵੀ ਗੈਰਿੰਗ ਸਮ ਫੰਡ ਫ੍ਰੋਮ ਯੂ ਨੋ ਹੋਟਲ ਬਿਜ਼ਨਸ ਸ਼ੋਅ ਆਣੇ ਆ ਕੁਝ ਤੇ ਕਰਦੇ ਆ ਜਦ ਉਦੋਂ ਹੀ ਗੱਲ ਹੋਗੀ ਤੇ ਆਇਆ 2 ਮਹੀਨੇ ਬਾਅਦ ਵਾਪਸ ਮੈਂ ਨਿਊਯਾਰਕ ਗਿਆ ਸੀਗਾ ਇਹ ਜ਼ਰੂਰੀ ਆ ਦੱਸਣਾ 2 ਮਹੀਨੇ ਬਾਅਦ ਜਦੋਂ ਮੈਂ ਵਾਪਸ ਗਿਆ from my house to richman uh, sorry jackson hiter 14 mile distance taking 1 hour 53 minute to get 14 miles distance a state de vich tusi 50 mile ya 1 hour drive karni hai ya 50 mile ta 45 minutes <laughs> aur business grow hai jehda banda kise bhi is america di ghati ch kithe bhi ja ke boss nahi banda kam karda oh paas hi paas a ਬਹੁਤ ਸਾਰੇ ਮੈਚ ਜਦੋਂ ਜੈਲੋ ਵੀ ਚਲਾਉਂਦਾ ਸੀ ਤਾਂ ਅਕਸਰ ਉੱਥੇ ਬੰਦੇ ਗੱਲਾਂ ਕਰ ਦਿੰਦੇ ਉਹ ਮਡਾਲੀਅਨ ਵੇਚ ਕੇ ਗਿਆ 2 ਸਾਲਾਂ ਵਿੱਚ ਸਭ ਕੁਝ ਲੂਜ਼ ਕਰਕੇ ਆ ਗਿਆ ਉਹ ਕਿਉਂ ਲੂਜ਼ ਕਰਕੇ ਆਇਆ ਕਿਉਂ ਹੀ ਵਾਸ ਕਮ ਅ ਬੋਸ ਜਿਹੜਾ ਬੰਦਾ ਹੱਥੀ ਮਿਹਨਤ ਕਰ ਲੈਂਦਾ ਵਾ ਉਹ ਜੌਬ ਕੋਈ ਵੀ ਵੱਡੀ ਛੋਟੀ ਨਹੀਂ ਹੁੰਦੀ ਸਾਰੀਆਂ ਜੌਬਾਂ ਇੱਕ ਹੀ ਹੁੰਦੀਆਂ ਸੀ ਸਾਰੇ ਹੀ ਕਰਦੇ ਆ ਅੱਜ ਵੀ ਮੇਰੇ ਨਾਲ ਬੈਠੇ ਨੇ ਬਿਜ਼ਨਸਮੈਨ ਕਿੰਨੇ ਕਿਨੇ ਗੈਸ਼ੇਸ਼ਨਾਂ ਭਾਜੀ ਹੋਣਾਂ ਦੇ ਆਈ ਥਿੰਕ ਸਵੇਰੇ ਕੋਈ ਫਲਸ਼ ਲੀਕ ਹੋ ਜਾਵੇ ਤਾਂ ਆਈ ਥਿੰਕ ਹੀ ਵਿਲ ਫਿਕਸ ਆਨ ਕਿ ਉਹਨਾਂ ਨੂੰ ਪਤਾ ਇਹ ਉੱਥੇ ਹੀ ਖੜੇ ਨੇ ਹਜੇ ਕਿ ਵੀ ਜ਼ਮੀਨ ਨੂੰ ਨਹੀਂ ਇਹਨਾਂ ਨੇ ਛੱਡਿਆ ਹੈਗਾ ਸੋ ਇਹੀ ਹੈ ਸਾਰੇ ਬੰਦਿਆਂ ਦੀ ਸੈਕ ਕਿ ਵੀ ਆਪਣੇ ਆਪਣੇ ਤਰੀਕੇ ਨਾਲ ਮਿਹਨਤ ਕਰ ਰਹੇ ਆ ਲਾਡੀ ਬਾਜੀ ਹੁਣੀ ਵੀ ਨਿਊਯਾਰਕ ਟਿੰਗੇ ਆਏ ਹੋਏ ਨੇ ਸਾਰੇ ਯਾਨੀ ਜਾਵਲਾ ਸਾਹਿਬ ਫਿਰ ਅਜਮੇਰ ਬਾਜੀ ਹੁਣੀ ਕੈਲੀਫੋਰਨੀਆ ਤੋਂ ਸੋ ਵਧੀਆ ਸਟੇਟ ਆ ਐਜੂਕੇਸ਼ਨ ਮੱਚ ਬੈਟਰ ਹੈਗੀ ਆ ਬਾਕੀ ਸਟੇਟਾਂ ਨਾਲੋਂ ਬਹੁਤ ਸਹੂਲਤਾਂ ਨੇ ਔਰ ਹੈਲਪਫੁਲ ਹੈਗੇ ਨੇ ਇਹ ਜੀ ਨਹੀਂ ਗੱਲ ਕਿਤੇ ਵੀ ਕਿਸੇ ਵੀ ਤੁਸੀਂ ਡਾਰੇ ਚ ਚਲੇ ਜਾਓ ਹੁਣ ਨਿਊਯਾਰਕ ਦੀ ਗੱਲ ਕਰੀ ਡੀਐਮਬੀ ਜਾਓ ਨੇਰ ਅ ਸਮਾਲ ਥਿੰਗ ਆਈ ਹੈਵ ਟੂ ਚੇਂਜ ਮਾਈ ਲਾਇਸੈਂਸ ਫॉर 2 ਮੰਥ ਬੈਕ ਟੇਕ 4 ਆਵਰ ਇਸ ਚੇਂਜਿੰਗ ਲਾਇਸੈਂਸ ਹੇਅਰ ਯੂ ਗੋ ਨਾਟ ਇਵਨ 4 ਮਿੰਟਸ ਦੇ ਡੂ ਯੂ ਵਰਕ ਇਨੇ ਲੋਕ ਹੈਲਪਫੁਲ ਨੇ ਹਰੇਕ ਥਾਂ ਤੇ ਜੌਬ ਆ ਤੁਸੀਂ ਬਿਜ਼ਨਸ ਵੀ ਨਹੀਂ ਕਰਨਾ ਤੁਸੀਂ ਜੌਬ ਵੀ ਕਰਨੀ ਆ ਯੂ ਸਟਿਲ ਮੇਕ ਇਨਾਫ ਮਨੀ ਐਂਡ ਸੇਵ ਫॉर ਯੂਰ ਕਿਡਸ ਯੂਰ ਫੈਮਲੀਜ਼ ਤੁਹਾਡੇ ਸੁਪਨੇ ਪੂਰੇ ਹੋ ਜਾਂਦੇ ਆ ਨਿਊਯਾਰਕ ਵੀ ਬੈਸਟ ਆ ਅੱਜ ਵੀ ਬੈਸਟ ਆ ਨਵੇਂ ਬੰਦਿਆਂ ਲਈ ਪਰ ਜਦੋਂ ਤੁਸੀਂ ਪੀਪਰ ਖਾਸ ਕਰਕੇ ਮੈਂ ਕਹੂੰਗਾ ਜਿਹਨ ਜਿਹੜੇ ਲੀਗਲੀ ਹੈਗੇ ਨੇ ਅਨਲੀਗਲ ਲਈ ਟਫ ਹੋ ਜਾਂਦਾ ਥੋੜਾ ਜਿਹਾ ਬਟ ਲੀਗਲ ਲਈ ਤਾਂ ਥਿਸ ਇਜ਼ ਅ ਗ੍ਰੇਟ ਸਟੇਟ ਔਰ ਹਬ ਹੈ ਗਿਆ ਜਿੱਕਾ ਟ੍ਰਕ ਇੰਡਸਟਰੀ ਸਾਰੇ ਸਾਰੇ ਹੈਲਪ ਕਰਨ ਵਾਲੇ ਆ ਈਚ ਵਨ ਥੈਂਕ ਯੂ ਦੇ ਥੈਂਕ ਯੂ ਵੈਰੀ ਮਚ ਲਖਵੀਰ ਜੀ ਤੁਸੀਂ ਆਪਣੇ ਮੈਂ ਮਾਈਕ ਪਾ ਜੀ ਜਰੂਰ ਆ ਸਲਾਹ ਸਾਹਿਬ ਸਾਡੇ ਨਾਲ ਮੌਜੂਦ ਹਨ ਅਨ ਤੁਹਾਡੇ ਤੋਂ ਆਪਾਂ ਥੋੜਾ ਜਿਹਾ ਚਾਨਣਾ ਪਾ ਲੈਨੇ ਆ ਕਿ ਤੁਸੀਂ ਆਪਣਾ ਜਸਟਿਸਸ਼ਨ ਦਾ ਬਿਜ਼ਨਸ ਸਟਾਰਟ ਕੀਤਾ ਕਿੱਥੇ ਸੀਗਾ ਔਰ ਅੱਜ ਕਿਸ ਮੁਕਾਮ ਤੇ ਹੈਗਾ ਜਸ ਪੰਜਾਬੀ ਦੇ ਵੇਖ ਰਏ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਮਰੀਕਾ ਵਿੱਚ ਨਿਊਯਾਰਕ ਵਿੱਚ 2000 ਸਨ ਚ ਆਏ ਉੱਥੇ ਤਕਰੀਬਨ 5 ਸਾਲ ਕੰਮ ਕੀਤਾ ਇੰਡੀਆਨਾਪੋਲਿਸ ਸਟੇਟ ਵਿੱਚ ਅਸੀਂ 2005 ਚ ਮੂਵ ਹੋਏ ਕਿਸੇ ਵੀ ਸਟੇਟ ਨੂੰ ਮੂਵ ਕਰਕੇ ਦੂਜੀ ਸਟੇਟ ਤੇ ਜਾਣਾ ਉੱਥੇ ਸਪੋਰਟ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਮੇਰੇ ਵੱਡੇ ਵੀਰ ਸਰਦਾਰ ਬਲਦੇਵ ਸਿੰਘ ਸੱਲਾਹ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਇੱਥੇ ਇੱਕ ਗੈਸ ਸਟੇਸ਼ਨ ਤੋਂ ਸ਼ੁਰੂਆਤ ਕੀਤੀ ਅੱਗੋਂ ਮਿਹਨਤ ਕਰਦੇ ਕਰਦੇ ਅੱਜ ਕਾਫੀ ਮੱਲਾ ਮਾਰੀਆਂ ਬਿਜ਼ਨਸ ਦੇ ਨਾਲ ਮੱਲਾ ਮਾਰਦੇ ਮਾਰਦੇ ਇੱਥੇ ਕਮਿਊਨਿਟੀ ਵਿੱਚ ਵੀ ਕਾਫੀ ਹੋਰ ਬਰਾਦਰੀ ਦੇ ਹੋਰ ਦੋਸਤਾ ਮਿੱਤਰਾਂ ਨਾਲ ਸਾਂਝਾ ਪਈਆਂ ਗਹਿਰਾ ਥੋੜਾ ਹੋਰ ਵੱਧਾ ਗਿਆ ਜਦੋਂ ਅਸੀਂ ਇਸੇ ਬਿਜ਼ਨਸ ਕਰਦੇ ਆ ਬਿਜ਼ਨਸ ਕਰਦੇ ਕਰਦੇ ਕਈ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਦੂਜੀ ਸਟੇਟ 'ਚ ਜਾਵਾਂਗੇ ਕਿ ਉੱਥੇ ਆਪਣੇ ਧਰਮ ਦੀ ਕੋਈ ਰੁਕਾਵਟ ਆਣਗੀਆ ਪਰ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਇੱਥੇ ਇੰਡੀਆਨਾਪੋਲਿਸ ਸ਼ਹਿਰ ਵਿੱਚ ਅਸੀਂ ਇੱਥੇ ਕੇਸ ਰੱਖ ਕੇ ਪੱਗਾ ਮੰਨ ਕੇ ਦਾੜ੍ਹੀਆਂ ਖੋਲੀਆਂ ਛੱਡ ਕੇ ਇੰਡੀਆਨਾਪੋਲਿਸ ਵਿੱਚ ਡਾਊਨਟਾਊਨ ਵਿੱਚ ਘੁੰਮਦੇ ਆਂ ਗੋਰਿਆਂ ਨਾਲ ਗੱਲਾਂ ਬਾਤਾਂ ਕਰਦੇ ਆਂ ਬਿਜ਼ਨਸ ਡੀਲਾਂ ਕਰਦੇ ਆਂ ਕੋਈ ਵੀ ਰੁਕਾਵਟ ਦਾ ਕਾਰਨ ਨਹੀਂ ਹੈਗਾ ਨਾਲ ਹੀ ਜੇ ਕੋਈ ਆਪਣਾ ਅਸੀਂ ਬੱਚੇ ਜਿੱਦਾਂ ਸਾਡੇ ਸਕੂਲਾਂ 'ਚ ਜਾਂਦੇ ਆਂ ਜਿਵੇਂ ਕਿ ਨਿਊਯਾਰਕ ਵੀ ਹੈ ਜਾਂ ਕੈਲੀਫੋਰਨੀਆ ਵਿੱਚ ਆਪਣੇ ਸਿੱਖ ਭਾਈਚਾਰਾ ਰਹਿੰਦੇ ਹਨ ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਬੱਚਿਆਂ ਨੂੰ ਸਕੂਲ ਜਾਣ ਲਈ ਇਸੇ ਤਰ੍ਹਾਂ ਇੱਥੇ ਵੀ ਇੰਡੀਆਨਾ ਵਿੱਚ ਵੀ ਇੰਡੀਆਨਾਪੋਲਿਸ ਸ਼ਹਿਰ ਵਿੱਚ ਜਦੋਂ ਸਾਡੇ ਛੋਟੇ ਬੱਚੇ ਸਕੂਲਾਂ 'ਚ ਜਾਂਦੇ ਹਨ ਉਹਨਾਂ ਨੇ ਸਿਰ ਤੇ ਜੋੜੇ ਕਰਕੇ ਆਪਣੇ ਸਕੂਲਾਂ ਵਿੱਚ ਜਾਂਦੇ ਹਨ ਕਿਸੇ ਵੀ ਬੱਚੇ ਨੂੰ ਕੋਈ ਕਦੀ ਪ੍ਰੋਬਲਮ ਨਹੀਂ ਆਈ ਸੋ ਇਹ ਕੋਈ ਏਡਾ ਇਦਾਂ ਨਹੀਂ ਇੱਥੇ ਪ੍ਰੋਬਲਮ ਨਹੀਂ ਹੈਗੀ ਧਾਰਮਿਕ ਲੈਵਲ ਤੇ ਇੱਥੇ ਗੁਰਦੁਆਰੇ ਆਲਮੋਸਟ 10 ਗੁਰਦੁਆਰੇ ਹਨ ਬੜੇ ਸ਼ਾਂਤੀ ਨਾਲ ਚੱਲ ਰਹੇ ਹਨ ਗੁਰਦੁਆਰਿਆਂ ਵਿੱਚ ਸਿੱਖ ਕੌਮ ਦੇ ਮਹਾਨ ਕਥਾਵਾਚਕ ਮਹਾਨ ਕੀਰਤਨੀਏ ਸਾਡੇ ਸ਼ਹਿਰ ਚ ਆਉਂਦੇ ਰਹਿੰਦੇ ਹਨ ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਂਦਾ ਹੈ ਗੱਤਕੇ ਦੀਆਂ ਕਲਾਸਾਂ ਚੱਲਦੀਆਂ ਹਨ ਸੈਚਰਡੇ ਸੰਡੇ ਉਹਨਾਂ ਨੂੰ ਗੁਰਮੁਖੀ ਲਿਪੀ ਸਿਖਾਈ ਜਾਂਦੀ ਹੈ ਨਾਲ ਹੀ ਨਾਲ ਜੋ ਮਾਈ ਪਾਈ ਸੰਥਿਆ ਲੈਂਦੇ ਹਨ ਉਹ ਸੰਥਿਆ ਲੈ ਕੇ ਆਪਣਾ ਜੀਵਨ ਗੁਰੂ ਨਾਲ ਜੋੜ ਰਹੇ ਹਨ ਸੋ ਮੇਰੇ ਕਹਨ ਤੂ ਭਾਵੇਂ ਹੈ ਕਿ ਜਿੱਦਾਂ ਨਿਊਯਾਰਕ ਵਿੱਚ ਲੋਕ ਸਿੱਖੀ ਸਿੱਖੀ ਨਾਲ ਜੁੜੇ ਉਸੇ ਤਰ੍ਹਾਂ ਇੱਥੇ ਵੀ ਕੋਈ ਰੁਕਾਵਟ ਨਹੀਂ ਲੋਕ ਇੱਥੇ ਵੀ ਸਿੱਖੀ ਨਾਲ ਜੁੜ ਰਹੇ ਹਨ ਉਹਨਾਂ ਦੇ ਬੱਚੇ ਵੀ ਸਿੱਖੀ ਸਰੂਪ ਵਿੱਚ ਹਨ ਤੇ ਆਪਣੇ ਕਾਰੋਬਾਰ ਨੂੰ ਵੀ ਵਧਾ ਰਹੇ ਹਨ ਸੋ ਮੈਂ ਵੈਲਕਮ ਕਰਦਾ ਹਾਂ ਵੀ ਜੋ ਵੀ ਇੱਥੇ ਆਉਣਾ ਚਾਹੁੰਦੇ ਹਨ ਇਹ ਬਹੁਤ ਹੀ ਵਧੀਆ ਸਟੇਟ ਹੈ ਬਿਜ਼ਨਸ ਵਾਸਤੇ ਤੇ ਧਾਰਮਿਕ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਅਸਲਾ ਸਾਹਿਬ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕਈ ਸਾਰੇ ਈ ਵਿਊਅਰਸ ਇਸ ਟਾਈਮ ਸਾਨੂੰ ਵੇਖ ਰਹੇ ਹੋਣਗੇ ਉਹਨਾਂ ਦਾ ਬਿਜ਼ਨਸ ਕੰਸਟਰਕਸ਼ਨ ਦਾ ਹੋਏਗਾ ਜੇਕਰ ਕੰਸਟਰਕਸ਼ਨ ਬਿਜ਼ਨਸ ਦੀ ਗੱਲ ਕਰੀਏ ਇਸ ਸਟੇਟ ਦੇ ਵਿੱਚ ਸੰਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਦਾ ਕਾਫੀ ਲੰਬੇ ਸਮੇਂ ਤੋਂ ਇਸ ਸਟੇਟ ਦੇ ਵਿੱਚ ਸਿੰਘ ਕੰਸਟਰਕਸ਼ਨ ਦੇ ਨਾਤੇ ਆਪਣਾ ਕੰਸਟਰਕਸ਼ਨ ਕੰਪਨੀ ਹੈਗੀ ਹੈ ਔਰ ਕਈ ਵੱਡੇ ਪ੍ਰੋਜੈਕਟਸ ਉਹ ਇਸ ਸਟੇਟ ਦੇ ਵਿੱਚ ਕਰ ਚੁੱਕੇ ਹਨ ਤੇ ਕੰਸਟਰਕਸ਼ਨ ਜਿਹੜਾ ਅਦਾਰਾ ਹੈਗਾ ਉਹਦਾ ਕਿੰਨਾ ਕੁ ਸਕੋਪ ਹੈਗਾ ਉਹਦੇ ਉੱਤੇ ਥੋੜੀ ਥੋੜਾ ਜਿਹਾ ਜਾਣਨਾ ਪਾ ਦਿਓ ਸਸੇਰਗੱਲ ਜੀ ਪਹਿਲਾਂ ਤਾਂ ਸਾਰੇ ਜਸ ਪੰਜਾਬੀ ਦੇਖ ਰਹੇ ਸ్రోਤਿਆਂ ਨੂੰ ਕੰਸਟਰਕਸ਼ਨ ਦਾ ਜੀ ਸਾਡਾ ਬਹੁਤ ਵਧੀਆ ਕੰਮ ਹੈ ਇੱਥੇ ਅਸੀਂ ਵੀ 2002 ਚ ਮੂਵ ਹੋਏ ਹਾਂ ਇੱਥੇ ਨਿਊਯਾਰਕ ਤੇ ਮੂਵ ਹੋਏ ਹਾਂ ਪਹਿਲਾਂ ਨਿਊਯਾਰਕ 'ਚ ਮੇਰੇ ਫਾਦਰ ਸਾਹਿਬ ਕਰਦੇ ਹੁੰਦੇ ਸੀ ਕੰਸਟਰਕਸ਼ਨ ਦਾ ਕੰਮ ਉੱਥੇ ਅਸੀਂ ਤਾਂ ਨਹੀਂ ਕੀਤਾ ਉੱਥੇ ਪਰ ਅਸੀਂ ਫਿਰ ਇ ਪਰ ਅਸੀਂ ਵੀ ਨਾਲ ਉਹਨਾਂ ਦੇ ਸਿੱਖਿਆ ਜੀ ਕੰਮ ਸਾਰਾ ਤੇ ਬਾਬਾ ਜੀ ਦੀ ਕਿਰਪਾ ਹੁਣ ਸਾਰੀ ਸੋ ਯੂ ਗੈਟ ਦੀ ਵਰਕ ਫੋਰਸ ਲੇਬਰ ਤੁਹਾਨੂੰ ਮਿਲ ਜਾਂਦੀ ਹੈ ਤੁਹਾਨੂੰ ਜਿਹੜੀ ਐਸੈਂਸ਼ੀਅਲ ਚੀਜ਼ ਉੱਥੇ ਸਭ ਕੁਝ ਲੱਭ ਜਾਂਦਾ ਮਿਲ ਜਾਂਦੀ ਹੈ ਹਾਂ ਜੀ ਸਾਰਾ ਮਿਲ ਜਾਂਦਾ ਜੀ ਇੱਥੋਂ ਆਪਣੇ ਮਿਹਨਤ ਸਾਡਾ ਆਪਣਾ ਸਰਕਲ ਹੀ ਆ ਜੀ ਸਾਰਾ ਜਿੰਨੇ ਸਾਰੇ ਭਰਾ ਬੈਠੇ ਨੇ ਸਾਰੇ ਅਸੀਂ ਰਲ ਮਿਲ ਕੇ ਕੰਮ ਕਰਦੇ ਹਾਂ ਸਭ ਤੋਂ ਵੱਡੀ ਤਾਂ ਸਾਨੂੰ ਇੱਥੇ ਇਹ ਆ ਜੀ ਇੱਕ ਦੂਜੇ ਦੀ ਹੈਲਪ ਬਹੁਤ ਹੈਗੀ ਆ ਜਿੰਨੇ ਵੀ ਅਸੀਂ ਸਾਰੇ ਬਿਜ਼ਨਸ ਕਰਦੇ ਆਂ ਸਾਰਾ ਸਾਡਾ ਪਰਿਵਾਰ ਆ ਜੀ ਇੱਕ ਇਹ ਤੋਂ ਅਸੀਂ ਰਲ ਮਿਲ ਕੇ ਸਾਰੇ ਕਰਦੇ ਆਂ ਕੋਈ ਬਾਕੀ ਬਹੁਤ ਅਪਰਚੂਨਿਟੀ ਦਵਲ ਬਹੁਤ ਹੋ ਰਿਹਾ ਨਵੀਂ ਕੰਸਟ੍ਰਕਸ਼ਨ ਕਾਫੀ ਚੱਲ ਰਹੀ ਆ ਆਪਣੇ ਕਾਫੀ ਲੋਗ ਆਪਣੇ ਬਿਜ਼ਨਸ ਦੇ ਵਿੱਚ ਬਹੁਤ ਜਿਆਦਾ ਆਪਣੇ ਲੋਕ ਕਰ ਰਹੇ ਨੇ ਕੰਮ ਤੇ ਬਸ ਠੀਕ ਹੈ ਜੀ ਸਾਰਾ ਕੁਝ ਵਧੀਆ ਜਿਹੜੇ ਨਵੀ ਪਨੀਰੀ کافی ਲੰਬੇ ਸਮੇਂ ਤੋਂ ਸਾਡੇ ਇਸ ਟਾਈਮ ਈਵਰ ਸਾਨੂੰ ਵੇਖ ਰਹੇ ਹੋਣੇ ਕਿ ਉਹ ਵੀ ਲੰਬੇ ਸਮੇਂ ਤੋਂ ਕੰਸਟਰਕਸ਼ਨ ਦਾ ਕੰਮ ਕਰ ਰਹੇ ਸੀਗੇ ਹਾਂ ਜੀ ਉਹ ਦਿਹਾੜੀ ਲਾਉਂਦੇ ਸੀਗੇ ਕੀ ਉਹ ਇੱਕ ਸਕਸੈਸਫੁਲ ਬਿਜ਼ਨਸਮੈਨ ਬਣ ਸਕਦੇ ਹਨ ਇਸ ਸਟੇਟ ਦੇ ਵਿੱਚ ਆ ਕੇ ਹਾਂ ਜੀ ਬਣ ਸਕਦੇ ਜੀ ਜਿਹੜੀ ਕੰਟਰੀ ਵਿੱਚ ਆਪਾਂ ਹੈਗੇ ਇੱਥੇ ਤਾਂ ਮਿਹਨਤ ਨਾਲ ਦੇਖੋ ਜੀ ਪੂਰਾ ਮੁੱਲ ਪੈਂਦਾ ਜਿਹੜਾ ਬੰਦਾ ਮਿਹਨਤ ਕਰਦਾ ਸੀ ਵੀ ਮਿਹਨਤ ਕੀਤੀ ਹੈ ਸਾਰੇ ਇੱਥੇ ਮਿਹਨਤੀ ਕਰਦੇ ਆ ਜੀ ਸੋ ਜਿਹੜਾ ਵੀ ਬੰਦਾ ਮਿਹਨਤ ਕਰੂਗਾ ਇੱਥੇ ਪੂਰਾ ਸਕਸੈਸ ਤਾਂ ਹੋਊਗਾ ਜੀ ਉਹ ਤੇ ਬਾਕੀ ਇੱ ਪਿਛੇ ਰਹਿ ਜਾਂਦੇ ਆ ਪਰ ਇੱਥੇ ਸਾਡੇ ਕੋਲ ਓਪਰਚੁਨਿਟੀਆਂ ਹੈਗੀਆਂ ਨੇ ਅਸੀਂ ਰਲ ਮਿਲ ਕੇ ਕਿਉਂਕਿ ਇੱਥੇ ਹੈਲਪਫੁਲ ਨੇ ਸਾਰੇ ਜਿੰਨੇ ਵੀ ਸਾਡੇ ਆਉਂਦੇ ਨੇ ਭਰਾ ਸਾਰੇ ਇੱਕ ਦੂਜੇ ਦੀ ਹੈਲਪ ਕਰਦੇ ਨੇ ਸੋ ਉਹ ਜਿਹੜੀ ਹੈਲਪ ਹੈ ਉਹ ਤੁਹਾਨੂੰ ਬਹੁਤ ਸਪੋਰਟ ਕਰਦੀ ਹੈ ਬਿਜ਼ਨਸ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਰਲ ਕੇ ਚੱਲਦੇ ਆ ਸਾਰੇ ਇੱਥੇ ਜੀ ਮੈਂ ਨਹੀਂ ਇੱਥੇ ਹੈਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਦੀ ਹੈਲਪ ਕਰਦੇ ਹੋਏ ਸੇਵਾ ਕਰਦੇ ਹੋ ਤੇ ਉਹ ਕਹਿੰਦਾ ਭਾਬਾ ਜੀ ਸੇਵਾ ਕਰੋਗੇ ਤਾਂ ਮੇਵਾ ਫਿਰ ਤੁਹਾਨੂੰ ਆਬਵੀਅਸ ਜੀ ਗੱਲ ਆ ਮਿਲੇਗਾ ਲੇਕਿਨ ਕਿਸ ਤਰੀਕੇ ਨਾਲ ਮਿਲੇਗਾ ਔਰ ਕਿਹੜੀ ਕਿਹੜੀ ਸੇਵਾਵਾਂ ਹੋਰ ਇੱਥੇ ਜਿਹ ਉਹ ਵੀ ਜਾਣਨ ਦੀ ਆਪਾਂ ਕੋਸ਼ਿਸ਼ ਕਰਾਂਗੇ ਲੇਕਿਨ ਮੈਂ ਤੁਹਾਨੂੰ ਦਰਸ਼ਕਾਂ ਨੂੰ ਇਹ ਦੱਸ ਦਵਾਂ ਲੇਕਿਨ ਤੁਸੀਂ ਕਿਹੜੀ ਵੀ ਸਟੇਟ ਦੇ ਨਾਲ ਦਾ ਰابطਾ ਕਾਇਮ ਰੱਖਦੇ ਹੋ ਭਾਵੇਂ ਤੁਸੀਂ ਕੈਲੀਫੋਰਨੀਆ ਦੇ ਵਿੱਚ ਵਸਦੇ ਹੋ ਭਾਵੇਂ ਤੁਸੀਂ ਨਿਊਯਾਰਕ ਦੇ ਵਿੱਚ ਵਸਦੇ ਹੋ ਨਿਊ ਜਰਸੀ ਦੇ ਵਿੱਚ ਵਸਦੇ ਹੋ ਸੈਟਲ ਵਸਦੇ ਹੋ ਜਿੱਥੇ ਮਰਜ਼ੀ ਤੁਸੀਂ 50 ਸਟੇਟਾਂ ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਵਸਦੇ ਹੋ ਜਸ ਬ੍ਰੌਡਕਾਸਟਿੰਗ ਨੇ ਮੈਂ ਹੀ ਸ਼ੁਰੂ ਕੀਤੀ ਹੈ ਜੇਕਰ ਤੁਹਾਨੂੰ ਕਿਸੇ ਵੀ ਕਾਰੋਬਾਰ ਨੂੰ ਆਪਣੇ ਅੱਗੇ ਵਧਾਉਣ ਦੀ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਸੋਚ ਲਿਆ ਹੈ ਜਾਂ ਫਿਰ ਉਹਨੂੰ ਅੱਗੇ ਲੈ ਕੇ ਜਾਣਾ ਹੈ ਜਾਂ ਫਿਰ ਤੁਸੀਂ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹੋ ਤੁਹਾਨੂੰ ਕਿਸੇ ਵੀ ਗੱਲ ਦੀ ਲੋੜ ਹੈਗੀ ਹੈ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੇਲ ਕਰ ਸਕਦੇ ਹੋ info@justbroadcasting.com harkeerat@justbroadcasting.com ਦੇ ਉੱਤੇ ਅਸੀਂ ਤੁਹਾਨੂੰ ਜ਼ਰੂਰ ਰਿਵਰਟ ਬੈਕ ਕਰਾਂਗੇ ਔਰ ਤੁਹਾਡਾ ਰابطਾ ਕਾਇਮ ਕਰਾਵਾਂਗੇ ਉਹਨਾਂ ਪ੍ਰੋਫੈਸ਼ਨਲਸ ਦੇ ਨਾਲ ਔਰ ਹੋਰ ਵੀ ਸਾਡੇ ਨਾਲ ਇੱਥੇ ਪ੍ਰੋਫੈਸ਼ਨਲਸ ਮੌਜੂਦ ਹਨ ਉਹਨਾਂ ਨਾਲ ਵੀ ਮੈਂ ਤੁਹਾਨੂੰ ਰابطਾ ਕਾਇਮ ਕਰਾਵਾਂਗਾ ਲੇਕਿਨ ਇੱਕ ਨਿੱਕੇ ਜਿਹੇ ਵਕਫੇ ਤੋਂ ਬਾਅਦ ਤਬ੍ਰਿਕਤਬਾਤ ਸਵਾਗਤ ਹੈ ਜੀ ਇੰਡੀਅਨ ਐਪਲਸ ਜਸ ਪੰਜਾਬੀ ਦੀ ਟੀਮ ਅੱਜ ਪਹੁੰਚੀ ਹੋਈ ਹੈ ਤੁਹਾਨੂੰ ਵਕ ਵਕ ਕਾਰੋਬਾਰੀਆਂ ਨਾਲ ਅਸੀਂ ਤੁਹਾਨੂੰ ਮੁਖਾਤਿਬ ਕਰਾ ਰਹੇ ਹਾਂ ਰابطਾ ਕਾਇਮ ਕਰਵਾ ਰਹੇ ਹਾਂ ਤੁਹਾਡਾ ਹੁਣ ਜੀ ਸਮਾਂ ਹੈਗਾ ਮੈਨੂੰ ਇੱਕ ਗੱਲ ਚੇਤੇ ਆਉਂਦੀ ਹੈ ਇੱਥੇ ਇਹ ਸਕੂਲ ਦੇ ਵਿੱਚ ਅਸੀਂ ਆਪਣੀ ਕਲਾਸ ਦੇ ਵਿੱਚ ਸਭ ਤੋਂ ਪਿਛਲੀ ਸੀਟਾਂ ਦੇ ਵਿੱਚ ਬੈਠਦੇ ਸੀਗੇ ਲੇਕਿਨ ਜਦ ਪਿਛਲੀ ਸੀਟਾਂ ਦੇ ਵਿੱਚ ਬੈਠਦੇ ਸੀਗੇ ਅਸੀਂ ਸੋਚੇ ਸੀਗੇ ਯਾਰ ਅਸੀਂ ਤੇ ਬੈਕ ਬੈਂਚਰਸ ਹਾਂ ਲੇਕਿਨ ਉਹੀ ਬੈਕ ਬੈਂਚਰਸ ਕਿਵੇਂ ਕਾਮਯਾਬ ਹੁੰਦੇ ਹਨ ਅੱਜ ਮੈਂ ਤੁਹਾਨੂੰ ਉਹ ਦਿਖਾਵਾਂਗਾ ਔਰ ਉਹ ਕਿਵੇਂ ਕਾਮਯਾਬ ਹੋਏ ਹਨ ਉਹ ਨਵੀ ਪਨੀਰੀ ਸਾਡੇ ਨਾਲ ਬੈਠੀ ਹੈ ਪੂਰੇ ਬੈਕ ਬੈਂਚਰ ਸਾਡੇ ਨਾਲ ਬੈਠੇ ਹਨ ਉਹਨਾਂ ਨਾਲ ਅਸੀਂ ਰਾਬਤਾ ਹੁਣ ਕਾਇਮ ਕਰਾਂਗੇ ਸ਼ੁਰੂਆਤ ਮੈਂ ਅਮਰਜੀਤ ਸਿੰਘ ਜੀ ਜੀ ਨੂੰ ਹੋਰਾਂ ਤੋਂ ਕਰਨਾ ਚਾਹਾਂਗਾ ਕਿ ਇਸ ਬਿਜ਼ਨਸ ਦੇ ਵਿੱਚ ਨੇ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਸਾਡੇ ਬੈਕ ਬੈਂਚਰ ਸਾਡੇ ਭਰਾ ਜਿਹੜੀ ਸਾਡਾ ਯੂਥ ਪਿੱਛੇ ਬੈਠਿਆ ਹੋਇਆ ਉਹ ਕਿਵੇਂ ਕਾਮਯਾਬ ਹੋਇਆ ਇਸ ਸਰਤੀ ਦੇ ਉੱਤੇ ਉਹ ਵੀ ਆਪਣੇ ਆਪ ਨੂੰ ਤਾਰੂਫ ਜ਼ਰੂਰ ਕਰਾਉਣ ਯਸ ਪਹਿਲੇ ਦੇ ਸਤਿ ਸ਼੍ਰੀ ਅਕਾਲ ਜੀ ਆਪਣੇ ਜਸ ਪੰਜਾਬੀ ਦੇ ਵਿਊਅਰਸ ਤੇ ਉਹਨਾਂ ਦੀ ਟੀਮ ਸਾਡੇ ਸ਼ਹਿਰ ਵਿੱਚ ਆ ਮੇਰਾ ਨਾਮ ਅਮਰਿੰਦਰਜੀਤ ਸਿੰਘ ਹੈਗਾ ਤੇ ਮੈਂ ਆਪਣਾ ਸਫ਼ਰ ਅਮਰੀਕਾ ਦਾ 1998 ਚ ਸ਼ੁਰੂ ਕੀਤਾ ਤੇ ਆਪਣੇ ਪਹਿਲੇ ਕੁਝ ਸਾਲ ਨਿਊ ਜਰਸੀ ਰਹੇ ਤੇ ਫਿਰ ਇੰਡੀਆਨਾ ਮੂਵ ਹੋਏ ਤੇ ਇੰਡੀਆਨਾ 2008 ਚ ਮੂਵ ਹੋਏ ਤੇ ਹੁਣ ਤੱਕ ਇਟਸ ਬੀਨ ਸਾਨੂੰ ਬਹੁਤ ਆਪਰਚੁਨਿਟੀ ਮਿਲੀ ਹੈ ਤੇ ਵੀ ਆਰ ਵੈਰੀ ਬlesਟ ਤੇ ਜਿਵੇਂ ਸਾਡੇ ਜਸਵੀਰ ਸਿੰਘ ਲਾਲੀ ਉਹਨਾਂ ਨੇ ਦੱਸਿਆ ਕਿ 1979 ਚ ਉਹ ਸਟੇਟ ਚ ਮੂਵ ਹੋਏ ਤੇ ਅੱਜ ਸਾਡੇ ਸਟੇਟ ਵਿੱਚ ਸਾਡੇ ਪੰਜਾਬੀਆਂ ਦੀ ਗਿਣਤੀ 10000 ਤੋਂ ਉੱਤੇ ਹੈ ਸੋ ਅਗੇਨ ਜਿਵੇਂ ਸਾਡੇ ਗੁਰਪ੍ਰੀਤ ਭਾਈ ਨੇ ਦੱਸਿਆ ਕਿ ਪਹਿਲੇ business ਇੱਕ ਗੈਸ ਸਟੇਸ਼ਨ ਇੱਕ ਗੈਸ ਸਟੇਸ਼ਨ ਸ਼ੁਰੂ ਕਰਕੇ ਅੱਜ ਜਨਾਂ ਦੇ ਮਲਟੀ ਸਾਈਟਸ ਨੇ ਕਾਫੀ ਡਿਫਰੈਂਟ businesses ਆ ਗਏ ਨੇ ਸੋ ਇਹੀ ਸਟੋਰੀ ਸਾਡੇ ਸਾਰਿਆਂ ਦੀ ਹੈਗੀ ਹੈ ਇੱਥੇ ਤੇ ਇੱਕ ਸਟੋਰ ਸ਼ੁਰੂ ਕੀਤਾ ਜੀ 2008 ਚ ਹੁਣ ਮਲਟੀ ਸਾਈਟਸ ਨੇ ਅਗੇਨ ਇਸ ਸਟੇਟ ਨੇ ਸਾਨੂੰ ਬਹੁਤ ਕੁਝ ਦਿੱਤਾ ਐਂਡ ਵੀ ਆਰ ਵੈਰੀ ਬlesed uh also is state vich hor ki kuch hai ga is state vich one of the best universities hai ga ne top 5 chandi hai pro do university uh, uh university of indiana plus iupui medical vast me shure hai so it's been really great at the education uh living standards good hai ga ne compared to lot of other uh, states and cities so uh, was ni kenda hoya uh, again ji anu most welcome thank, thank you. you very much amrendar yeah. singh ji <laughs> ji ਸਤਿ ਸ੍ਰੀ ਅਕਾਲ ਜੀ ਜਸ ਪੰਜਾਬੀ ਦੇ ਸਾਰੇ ਸੋਤਿਆਂ ਨੂੰ ਸੰਜੀਵ ਚੰਦਰ ਵੱਲੋਂ ਸਤਿ ਸ੍ਰੀ ਅਕਾਲ ਤੇ ਮੈਂ ਵੀ ਆਪਣੇ ਬਾਰੇ ਦੱਸਦਾ ਜੀ ਮੈਂ 2010 ਦੇ ਵਿੱਚ ਕੈਨੇਡਾ ਤੋਂ ਉੱਥੇ ਮੂਵ ਹੋਏ ਸੀਗੇ ਬਿਕੋਜ਼ ਸਾਡੀ ਹੈਲਪਲੀ ਮੇਰੇ ਫਰੈਂਡ ਸਰਕਲ ਜੈ ਕੈਲੋਰਕੀ ਇੱਥੇ ਸੀਗੇ ਉਹਨਾਂ ਨੇ ਸਾਡੀ ਬੜੀ ਹੈਲਪ ਕੀਤੀ ਤੇ ਇੱਥੋਂ ਦਾ ਸਟੇਟ ਛੱਡਣੀ ਬੜੀ ਮੁਸ਼ਕਲ ਹੁੰਦੀ ਐ ਅਸੀਂ ਇੱਕ ਕੰਟਰੀ ਛੱਡ ਕੇ ਇੱਥੇ ਮੂਵ ਹੋਏ ਤੇ ਸਾਰੇ ਆਪਣੇ ਮਿੱਤਰ ਦੋਸਤਾਂ ਨੇ ਬੜੀ ਹੈਲਪ ਕੀਤੀ ਤੇ ਅਸੀਂ ਸਟਾਰਟ ਇੱਕ ਗੈਸਟ ਹਾਊਸਨ ਤੋਂ ਕੀਤਾ ਸੀ ਆ ਸਾਡੇ ਕੋਲ ਗੈਸ ਸਟੇਸ਼ਨਸ ਕਾਫੀ ਤੇਲੀ ਕਸੋਰ ਔਨ ਕਰਦੇ ਆ ਤੇ ਆਪਾਂ ਕਾਫੀ ਸਕਸੈਸਫੁਲ ਆ ਜੀ ਥੈਂਕ ਯੂ ਜੀ ਸਾਰੀ ਵਨ ਥੈਂਕ ਯੂ ਵੈਰੀ ਮਾ ਜੀ ਐਵੇਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਤੁਸੀਂ ਵੀ ਜਰੂਰ ਆਪਣੇ ਆਪ ਨੂੰ ਤਾਰਫ ਕਰਾ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਮੈਂ ਕੈਲੀਫੋਰਨੀਆ ਤੋਂ ਮੂਹ ਹੈ ਆ ਇੱਥੇ ਮੈਨੂੰ 2005 ਮੂਹ ਹੈ ਇੱਥੇ ਉੱਥੇ ਸਾਵਲਮ ਤੇ ਕੰਮ ਕਰਦਾ ਸੀ ਹੁਣ ਤੇ ਪਹਿਲਾ ਗੈਸ ਸਟੇਸ਼ਨ 2005 ਚ ਲਿਆਈ ਇੱਥੇ ਕਿਨ ਅਪਾਰਟਨਰਸ਼ਿਪਸ ਹੁਣ ਸਾਡੇ ਕੋਲ 14-15 ਗੈਸ ਸਟੇਸ਼ਨ ਰੱਬ ਦੀ ਕਿਰਪਾ ਹੈ ਬਹੁਤ ਵਧੀਆ ਕੰਮ ਚੱਲਿਆ ਥੈਂਕ ਯੂ ਸਸ ਸਤਿਗੁਰ ਜੀ ਸਾਰਿਆਂ ਨੂੰ ਮੇਰਾ ਨਾਮ ਗੌਰਵ ਪਟੇਚਾ ਮੈਂ 2008 ਚ ਯੂ ਐਸ ਆਇਆ ਸੀ ਫੋਰ ਮਾਈ ਐਮ ਬੀਏ ਡਿਗਰੀ ਤੇ 2012 ਮੈਂ ਉਹਦਾ ਬਿਜ਼ਨਸ ਸਟਾਰਟ ਕੀਤਾ ਆਈ ਬੋਟ ਫਸਟ ਹੋਟਲ ਇਨ ਕੰਟਕੀ ਤੇ ਹੁਣ ਮੇਰੇ ਕੋਲ ਸੈਵਰਲ ਹੋਟਲਸ ਤੇ ਗੈਸ ਸਟੇਸ਼ਨਸ ਹੈ ਵੈਰੀ ਵੈਰੀ ਬਹੁਤ ਵਧੀਆ ਜੀ ਥੈਂਕ ਯੂ ਕੀ ਭਾਜੀ ਚਲੋ ਚੱਪ ਬਹੁਤ ਵਧੀਆ ਚਲੋ ਹਾਂ ਜਸਪੀਨਿਆ ਵੀ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਮੇਜਰ ਸਿੰਘ ਗਰੇਵਾਲ ਤੇ ਸਟੇਟ ਦੀ ਗੱਲ ਕਰਦੇ ਆਂ ਡੈਨਨਾ ਸਟੇਟ ਦੀ ਇੰਡੀਆਨਾ ਪਲਸ ਦੀ 2006 ਚ ਅਸੀਂ ਮੂਵ ਹੋਏ ਸੀ ਇੱਥੇ ਤੇ ਕੈਲੀਫੋਰਨੀਆ ਸਟੱਡੀ ਕੀਤੀ ਇੱਥੇ ਆਟੋਮੋਟਿਵ ਦਾ ਇੱਥੇ ਆ ਕੇ ਵੀ ਥੋੜਾ ਕੰਮ ਕੀਤਾ ਸਟਾਰਟਿੰਗ ਲਈ ਤੇ ਫਿਰ ਆਪਣੀ ਸ਼ਾਪ ਖੋਲ੍ਹੀ ਤੇ ਜੋ ਕੁਝ ਇੱਥੇ ਹੈਗਾ ਅੱਜ ਜੇ ਉੱਥੇ ਕੈਲੀਫੋਰਨੀਆ ਰਹਿੰਦੇ ਆਈ ਡੋਨਟ ਥਿੰਕ ਸੋ ਆਈ ਹੈਵ ਥੈਟ ਐਂਡ ਛੋਟਾ ਬ੍ਰਦਰ ਅਮਰੀਕ ਗਰੇਵਾਲ ਸੇ ਦੋਨਾਂ ਨੇ ਸਟਰਗਲ ਕੀਤਾ ਬਾਟਮ ਤੋਂ ਸਟਾਰਟ ਕੀਤਾ ਸੋ ਨਾਊ ਵੀ ਆਰ ਸੈਟਲ ਤੁਸੀਂ ਦਿਲ ਦੇ ਵਿੱਚ ਆਗੇ ਤੁਹਾਡਾ ਦਿਲ ਲੱਗਿਆ ਹੋਇਆ ਹੈ ਕਿ ਹਾਂਜੀ ਹਾਂਜੀ ਹੋਰ ਵੀ ਇੱਥੇ ਗੈਸਟ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰ ਲੈਣਾ ਜੀ ਅਸਲੀ ਗੱਲ ਦੀ ਸਾਰਿਆਂ ਨੂੰ ਪਹਿਲਾਂ ਤਾਂ ਮੇਰਾ ਨਾਮ ਪ੍ਰੇਤਪਾਲ ਸਿੰਘ ਤੇ ਮੈਨੂੰ ਹੱਲੇ 4 ਸਾਲ ਹੀ ਹੋਇਆ ਇੱਥੇ ਮੂਵ ਹੋਇਆ ਮੈਂ ਤੇ ਬਾਕੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਸੀ ਅਸੀਂ ਤਾਂ ਯੰਗ ਐ ਇੱਥੋਂ ਦੀ ਮੋਸਟ ਯੰਗੇਸਟ ਸਾਡੇ ਪੈਨਲ ਦੇ ਵਿੱਚ ਇਸ ਟਾਈਮ ਐ ਗੈਸਟ ਨੇ ਕੀ ਕਰਦੇ ਹੋ ਤੁਸੀਂ ਗੈਸ ਸਟੇਸ਼ਨ ਬਿਜ਼ਨਸ ਹੀ ਐ ਜੀ ਓਕੇ ਹਾਂਜੀ ਤੇ ਬਾਕੀ ਤੁਹਾਨੂੰ ਸਟੇਟ ਬਾਰੇ ਸਾਰਿਆਂ ਦੱਸ ਦਿੱਤਾਈ ਸਭ ਤੋਂ ਸਾਰੇ ਟੌਪ ਮੋਸਟ ਐਕਸਪੀਰੀਅੰਸ ਬੈਠੇ ਇੱਥੇ ਤੇ ਬਾਕੀ ਆਹੀ ਕਹੂੰਗਾ ਹੀ ਹਾਰਡ ਵਰਕ ਆ ਉਸਪੇਸ ਆ ਨਾ ਬੁੱਧੀ ਜੀਵਾਂ ਤੋਂ ਤੁਸੀਂ ਕੀ ਸਿੱਖਿਆ ਅੱਜ ਤੱਕ ਕੀ ਨਿਚੋੜਿਆ ਨਾ ਤੋ ਨਿਚੋੜਿਆ ਇਹੀ ਆ ਜੀ ਹਾਰਡ ਵਰਕ ਹੀ ਆ ਜੀ ਸਾਰਿਆਂ ਨੇ ਮਿਹਨਤ ਕੀਤੀ ਹੈ ਇੱਥੇ ਆ ਕੇ ਤੇ ਅਸੀਂ ਦੇਖਦੇ ਹਾਂ ਸਕਸੈਸਫੁਲ ਹੋਏ ਸਾਰਿਆਂ ਨੇ ਬਾਕੀ ਕੀ ਤਾਂ ਮਿਹਨਤੀ ਹੈ ਜੀ ਸੋ ਹਾਰਡ ਵਰਕ ਮੈਂ ਆਹੀ ਕਹੂੰਗਾ ਸਾਰਿਆਂ ਨੂੰ ਬੈਸਟ ਹੈ ਜੀ ਜੀ ਤੇ ਹੁਣ ਮੈਂ ਤੁਹਾਨੂੰ ਜ਼ਰੂਰ ਤਾਰੂਫ ਕਰਾਉਣਾ ਚਾਹਣਾ ਰਣਦੀਪ ਸਿੰਘ ਚਾਵਲਾ ਆ ਅਸੀਂ ਇਹਨਾਂ ਨੂੰ ਐਂਡ ਦੇ ਵਿੱਚ ਲਿਆ ਲੇਕਿਨ ਮੈਂ ਜ਼ਰੂਰ ਇਸ ਐਂਡ ਦੇ ਵਿੱਚ ਇਸ ਸੈਗਮੈਂਟ ਦੇ ਵਿੱਚ ਨਿਚੋੜ ਚਾਹਨਾ ਇਸ ਪੂਰੇ ਪ੍ਰੋਗਰਾਮ ਦਾ ਔਰ ਮੁਦੇ ਪ੍ਰੋਗਰਾਮ ਦੇ ਵਿੱਚ ਰਣਦੀਪ ਸਿੰਘ ਚਾਵਲਾ ਜੀ ਇੰਸ਼ੋਰੈਂਸ ਦਾ ਬਿਜ਼ਨਸ 20 ਸਾਲ ਤੋਂ ਕਰ ਰਹੇ ਨੇ ਔਰ ਇੱਕ ਜਾਣੀ ਮਾਣੀ ਹਸਤੀ ਇਸ ਸਟੇਟ ਦੇ ਵਿੱਚ ਹਨ ਜੇਕਰ ਇੰਸ਼ੋਰੈਂਸ ਦਾ ਨਾਮ ਆਉਂਦਾ ਹੈ ਪੂਰੇ ਅਮਰੀਕਾ ਦੇ ਵਿੱਚ ਤਾਂ ਰਣਦੀਪ ਸਿੰਘ ਚਾਵਲਾ ਨੂੰ ਫੋਨ ਮਿਲਾਉਣਾ ਕੋਈ ਨਹੀਂ ਭੁੱਲਦਾ ਰਣਦੀਪ ਜੀ ਕਿਵੇਂ ਸਵਾਗਤ ਕਰੋਗੇ ਸਾਰੇ ਅੰਦਰ ਕੀ ਕਹਿਣਾ ਚਾਹੋਗੇ ਜਸਪੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਸ ਪੰਜਾਬੀ ਦੇ ਈਵਰਸ ਨੂੰ ਤੇ ਅੱਜ ਅੱਜ ਦਾ ਮੁੰਡਾ ਨੇ ਬਹੁਤ ਇੰਡੀਆਨਾ ਬਾਰੇ ਗੱਲਾਂ ਹੋਈਆਂ ਆਪਣੀਆਂ ਸਾਰਿਆਂ ਦੀ ਮਿਲ ਕੇ ਮੈਂ ਸ਼ੁਰੂਆਤ ਕਰਾਂਗਾ ਆ ਕੈਨ ਨਾਲ ਕੇ ਇੰਡੀਆਨਾ ਸਟੇਟ ਬਹੁਤ ਇਟਸ ਅ ਸਟੇਟ ਵੇਅਰ ਡੂਇੰਗ ਬਿਜ਼ਨਸ ਇਜ਼ ਵੈਰੀ ਈਜ਼ੀ ਇਥੇ ਬਿਜ਼ਨਸ ਕਰਨਾ ਬਹੁਤ ਈਜ਼ੀ ਹੈ ਇਥੇ ਦੀ ਲੋਕਲ ਐਡਮਿਨਿਸਟ੍ਰੇਸ਼ਨ ਸਟੇਟ ਐਡਮਿਨਿਸਟ੍ਰੇਸ਼ਨ ਬਹੁਤ ਸਪੋਰਟ ਕਰਦੀ ਹੈ ਸਮਾਲ ਬਿਜ਼ਨਸ ਨੂੰ ਆਪਾਂ ਸਾਰੇ ਸਮਾਲ ਬਿਜ਼ਨਸ ਓਨਰਸ ਆ ਉਹਦੇ ਨਾਲ ਕੀ ਹੋਇਆ ਪਿਛਲੇ 15 18 ਸਾਲਾਂ ਵਿੱਚ ਬਹੁਤ ਆਪਣੇ ਭਰਾ ਮੂਵ ਹੋਏ ਆ ਕੈਲੀਫੋਰਨੀਆ ਤੋਂ ਇੰਡੀਆਨਾ ਇੰਡੀਆਨਾ ਮੂਵ ਹੋਇਆ ਨਿਊਯਾਰਕ ਨਿਊ ਜਰਸੀ ਟੈਕਸਾਸ ਤੋਂ ਕੁਝ ਫੈਮਿਲੀਆਂ ਮੂਵ ਹੋਈਆਂ ਹਨ ਟਰੱਕਾਂ ਵਾਲਿਆਂ ਆਪਣੀ ਟਰੱਕ 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 ਡਰਾਈਵਿੰਗ ਦੇ ਕਰਦੇ ਆ ਭਰਾ ਸਾਡੇ ਉਹ ਬਹੁਤ ਮੂਵ ਹੋਏ ਆ ਤੇ ਇੱਥੇ ਆ ਕੇ ਬਹੁਤ ਸਕਸੈਸਫੁਲ ਹੋਏ ਆ ਗੈਸਸਟ੍ਰੀਨ ਵਾਲੇ ਆਪਣੀ ਕਮਿਊਨਿਟੀ ਮੂਵ ਹੋਈ ਹੈ ਇੱਕ ਗੈਸਸਿਨੋ ਸ਼ੁਰੂ ਕਰਕੇ ਅੱਜ ਉਹਨਾਂ ਕੋਲ ਮਲਟੀਪਲ ਲੋਕੇਸ਼ਨਸ ਨੇ ਲਿਕਰ ਸਟੋਰ ਨੇ ਹੋਟਲ ਨੇ ਕੰਸਟਰਕਸ਼ਨ ਕੰਪਨੀਆਂ ਨੇ ਹੋਰ ਆਈਟੀ ਪ੍ਰੋਫੈਸ਼ਨਲਸ ਨੇ ਹੋਰ ਜਿਵੇਂ ਪਹਿਲਾਂ ਗੱਲ ਹੋਈ ਹੈ ਕਿ ਇੱਥੇ ਯੂਨੀਵਰਸਿਟੀਆਂ ਬਹੁਤ ਚੰਗੀਆਂ ਨੇ ਤੇ ਇੱਥੇ ਬਹੁਤ ਜੌਬਸ ਨੇ ਇੱਥੇ ਕੱਲੇ ਬਿਜ਼ਨਸ ਵਾਸਤੇ ਨਹੀਂ ਇੱਥੋਂ ਦੀ ਲੋਕਲ ਐਡਮਿਨਿਸਟ੍ਰੇਸ਼ਨ ਗਵਰਨਮੈਂਟ ਜੌਬਸ ਬਹੁਤ ਸਪੋਰਟ ਕਰਦੀ ਹੈ ਸੋ ਮੈਂ ਤਾਂ ਆਈ ਕਰੂੰਗਾ ਸਭ ਨੂੰ ਇਨਵਾਈਟ ਕਰਨਾ ਚਾਹੂੰਗਾ ਇੰਡੀਆਨਾ ਆ ਕੇ ਦੇਖੋ ਇੱਕ ਵਾਰੀ ਇੱਥੇ ਆ ਕੇ ਸਟੱਡੀ ਕਰੋ ਇੱਥੇ ਥੋੜਾ ਜਿਹਾ ਰਹਿ ਕੇ ਪਹਿਲਾ ਸਟੱਡੀ ਕਰੋ ਕਿ ਕਿਵੇਂ ਆ ਫਿਰ ਜੌਬ ਕਰਨੀ ਆ ਜਾਂ ਬਿਜ਼ਨਸ ਲੈਣਾ ਹੈ ਇੱਥੇ ਹਰ ਤਰੀਕੇ ਦੀ ਸੌਲਿਊਸ਼ਨ ਹੈਗੀ ਆ ਅਵੇਲੇਬਲ ਹੈ ਹਰ ਆਪਣੀ ਕਮਿਊਨਿਟੀ ਤੇ ਮਾਰਗੇਜ ਬੁੱਕਰ ਵੀ ਅਵੇਲੇਬਲ ਨੇ ਸਾਡਾ ਇੰਸ਼ੋਰੈਂਸ ਦਾ ਕੰਮ ਹੈ ਟਰੱਕਿੰਗ ਦੇ ਵੀ ਕੰਪਨੀਆਂ ਬਹੁਤ ਨੇ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੰਡੀਆਨਾ ਮਿਡ-वेस्ट ਅਮਰੀਕਾ ਦੇ ਬਿਲਕੁਲ ਸੈਂਟਰ 'ਚ ਪੈਂਦਾ ਉਹਦੇ ਕਰਕੇ ਟਰੱਕਿੰਗ ਦਾ ਬਹੁਤ ਵੱਡਾ ਹੱਬ ਹੱਬ ਹੈ ਠੀਕ ਹੈ ਤੁਸੀਂ ਕਿਸ ਨੂੰ ਪੁੱਛੋਗੇ ਟਰੱਕਿੰਗ ਨੇ ਬਹੁਤ ਗਰੋਥ ਕੀਤਾ ਇਸ ਕੰਟਰੀ ਇਸ ਸਟੇਟ ਵਿੱਚ ਤੇ ਗੈਸ ਸਟੇਸ਼ਨ ਕਮਿਊਨਿਟੀ ਵਿੱਚ ਵੀ ਆਪਣੇ ਬੰਦੇ ਸਾਰੇ ਇੱਥੇ ਪ੍ਰੋਮੋਸਲੀ ਅੱਜ ਜਿਹੜੇ ਆਏ ਆ ਗੈਸ ਸਟੇਸ਼ਨ ਕਮਿਊਨਿਟੀ ਦੇ ਵਿੱਚ ਹੈਗੇ ਆ ਤੇ ਸਭ ਨੇ ਬਹੁਤ ਗਰੂ ਕੀਤਾ ਸੋ ਮੈਂ ਆਪਣਾ ਐਂਡ ਇਸ ਤਰ੍ਹਾਂ ਹੀ ਕਰੂੰਗਾ ਕਿ ਸਭ ਨੂੰ ਵੈਲਕਮ ਕਰਦਾ ਜੀ ਸਟੇਟ ਆਫ ਇੰਡੀਆਨਾ ਵਿੱਚ ਠੀਕ ਹੈ ਤੇ ਆ ਸਟੇਟ ਸਭ ਨੂੰ ਵੈਲਕਮ ਕਰਦੀ ਆ ਠੀਕ ਹੈ ਠੀਕ ਹੈ ਐਡ ਕਰਨਾ ਚਾਹੋਗੇ ਤੁਸੀਂ ਜੀ ਜੀ ਲਾ ਲੀ ਜੀ ਜੀ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗਾ ਜੋ ਕਿ ਮੈਡੀਕਲ ਪ੍ਰੋਫੈਸ਼ਨਲਸ ਇੱਥੇ ਆਉਣਾ ਚਾਹੁੰਦੇ ਹਨ ਸ਼ਾਇਦ ਕੁਝ ਲੋਕਾਂ ਨੂੰ ਨਾਂ ਵੀ ਪਤਾ ਹੋਵੇ ਜੋ ਇਲਾ ਲਿਲੀ ਕੰਪਨੀ ਹੈ ਉਸ ਦਾ ਦੁਨੀਆ ਦਾ ਹੈਡਕォਟਰਸ ਇੰਡੀਆਨ ਐਪਲਸ ਵਿੱਚ ਹੈ ਡਾਊਨਟਾਊਨ ਤੋਂ ਕਾਫੀ ਆਪਰਚੂਨਿਟੀਆਂ ਕਾਫੀ ਸਾਡੇ ਪੰਜਾਬੀ ਭਰਾ ਉਹਨਾਂ ਵਿੱਚ ਕਾਫੀ ਆਪਣੇ ਡਾਇਰੈਕਟਰ ਹੈਗੇ ਰਿਸਰਚ ਵਾਲੇ ਹੋਰ ਕਾਫੀ ਬਹੁਤ ਇੰਡੀਆ ਤੋਂ ਵੀ ਕਾਫੀ ਪ੍ਰੋਫੈਸ਼ਨਲਸ ਇੱਥੇ ਆਏ ਹਨ ਆਈਟੀ ਦਾ ਕਾਫੀ ਵੱਡੇ ਜੋ ਅਡੇਸਾ ਕੰਪਨੀ ਦੁਨੀਆ ਸਾਰੀ ਵਿੱਚ ਅਡੇਸਾ ਹੈ ਕਾਰਾਂ ਦੀ ਉਹਦਾ ਵੀ ਹੈੱਡਕ quarters ਇੱਥੇ ਕਾਰਮਲ ਹੈ ਕਪ ਸੋ ਕਾਫੀ ਬਿਜ਼ਨਸ ਲਈ ਵੀ ਜੋਬਾਂ ਵਾਲੇ ਵੀ ਕਾਫੀ ਬਹੁਤ ਵਧੀਆ ਹੈ ਨਹੀਂ ਕਿ ਸਿਰਫ ਬਿਜ਼ਨਸ ਲਈ ਹੈ ਜੀ ਤੇ ਮੈਡੀਕਲ ਜਿਹੜਾ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਵੀ ਇਹ ਜਿਹੜਾ ਬਿਜ਼ਨਸ ਇੱਥੇ ਉਹਨਾਂ ਦੇ ਲਈ ਹੈਗਾ ਫਾਰਮਾਸਿਊਟੀਕਲਸ ਦੀ ਇੱਥੇ ਕਈ ਸਾਰੀ ਕੰਪਨੀਆਂ ਹੈਗੀਆਂ ਤਾਂ ਇੱਕ ਹੱਬ ਜਿਹੜਾ ਇਹ ਧਰਤੀ ਐ ਸਟੇਟ ਮੰਨੀ ਜਾ ਰਹੀ ਹੈ ਔਰ ਇੱਥੇ ਬੈਠੇ ਕਾਰੋਬਾਰੀ ਤੁਹਾਡਾ ਸਵਾਗਤ ਕਰ ਰਹੇ ਹਨ ਜੇਕਰ ਤੁਸੀਂ ਰابطਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਔਰ ਸਾਨੂੰ ਮੇਲ ਕਰ ਸਕਦੇ ਹੋ info@ justbroadcasting.com harkeerat@justbroadcasting.com ਦੇ ਉਤੇ ਤੇ ਅੱਜ ਦੇ ਮੁੱਦੇ ਦੇ ਵਿੱਚ ਕੋਸ਼ਿਸ਼ ਕੀਤੀਗੀ ਸਾਡੀ ਕਿ ਤਨਾ ਤੁਹਾਨੂੰ ਉਹਨਾਂ ਬੁੱਧੀਜੀਵੀਆਂ ਨਾਲ ਉਹਨਾਂ ਸ਼ਕਸ਼ੀਤਾ ਨਾਲ ਉਹਨਾਂ ਕਾਰੋਬਾਰੀਆਂ ਨਾਲ ਅਸੀਂ ਮੁਖਾਤਿਬ ਕਰਾਈਏ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਵੀ ਤੁਹਾਡੀ ਸਟੇਟ ਦੇ ਵਿੱਚ ਆਈਏ ਔਰ ਕਰੀਏ ਤੁਹਾਡੇ ਨਾਲ ਅੱਜ ਦਾ ਮੁੱਦਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹੇਠ ਲਿਖੇ ਨੰਬਰ ਦੇ ਉਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਔਰ ਅਸੀਂ ਕਰਾਂਗੇ ਤੁਹਾਡੀ ਸਟੇਟ ਦੇ ਵਿੱਚ ਆ ਕੇ ਚੱਕਾਂਗੇ ਤੁਹਾਡੇ ਮਸਲੇ ਔਰ ਕਰਾਂਗੇ ਤੁਹਾਡੇ ਨਾਲ ਕੀ ਅੱਜ ਦਾ ਮੁੱਦਾ ਮੈਂ ਸਿਗਾ ਹਰਕੀਰਤ ਸਿੰਘ ਆਲੂ ਵਾਲੀਆ ਵਿਦ ਡਾਇਰੈਕਟਰ ਬ੍ਰਾਡਕਾਸਟਿੰਗ ਦੀਪਕ ਤੀਮਾਨ ਦੇ ਨਾਲ ਜਸ ਪੰਜਾਬੀ ਦੇ ਲਈ